ਇਹ ਆ ਦੇਖੋ ਚੈੱਕ ਕਰੋ ਜੀ, ਪਿਆਜ਼ ਬਹੁਤ ਮੋਟਾ ਹੈ। ਮੈਂ ਵੀਰ ਨੂੰ ਕਹਾਂਗਾ ਇੱਕ ਵਾਰੀ ਪੱਟ ਕੇ ਦਿਖਾਓ, ਵੀਰ ਜੀ ਇੱਕ ਵਧੀਆ ਜਿਹਾ ਪੀਸ ਨਾ ਪੱਟ ਕੇ ਦਿਖਾਓ ਆਪਾਂ ਨੂੰ ਸੈਂਪਲ। ਸਾਰੇ ਸਾਰੇ ਪੀਸ ਵਧੀਆ ਨੇ ਜੀ, ਭਰਪੂਰ ਹੈ ਜੀ। ਫਲ ਵਾਲਾ ਜਿਹੜਾ ਸਾਇਜ਼ ਆ ਟਮਾਟਰ ਦਾ ਦੇਖੋ ਜੀ, ਕਿਆ ਬਾਤ ਹੈ ਜੀ, ਚੈੱਕ ਕਰੋ ਟਮਾਟਰ ਪੂਰਾ ਲਿਸ਼ਕ ਰਿਹਾ ਪੂਰੀ। ਲਓ ਜੀ ਇਹ ਹੈਗੀ ਹੈ, ਚੈੱਕ ਕਰੋ ਤੁਸੀਂ ਮਿਰਚਾਂ ਦੀ ਪਨੀਰੀ, ਹਰੀ ਮਿਰਚ ਜਿਹੜੀ ਕੌੜੀ ਹੁੰਦੀ ਉਹਦੀ ਪਨੀਰੀ ਹੈ ਜੀ। ਤੇ ਸਿਰੇ ਤੱਕ ਜੰਨਤ ਵਰਾਇਟੀ, ਇਹ ਆ ਗਈ ਆਪਣੀ ਜੰਨਤ ਵਰਾਇਟੀ ਵੀਰ ਜੀ। ਅੱਛਾ ਜੀ, ਜਿਹੜੀ ਆਪਣੀ ਅੱਜ ਦੇ ਮਾਰਕੀਟ ਦੇ ਵਿੱਚ ਹਰ ਬੰਦਾ ਨਾਮ ਤੇ ਮੰਗਦਾ ਸੀ ਅੰਬ ਜੀ। ਅੱਛਾ ਅੰਬ ਜੀ, ਇਹ ਕਿੰਨੇ ਚਿਰ ਦਾ ਜਿਹੜਾ ਐਡਾ ਵੱਡਾ ਹੋਇਆ ਪਿਆ ਜੀ ਗਮਲੇ ਦੇ ਵਿੱਚ? ਇਹ ਜਿਹੜਾ ਥੈਲੀ 'ਚ ਲੱਗਿਆ ਬਾਹਰੋਂ ਤਿਆਰ ਹੋ ਕੇ ਆਇਆ ਹੋਇਆ ਇਹ। ਅੱਛਾ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਖੜੇ ਆ ਜੀ ਇੱਕ ਬਹੁਤ ਵਧੀਆ ਨਰਸਰੀ ਦੇ ਵਿੱਚ, ਜਿੱਥੇ ਆਪਾਂ ਨੂੰ ਮਿਲਣਗੇ ਜੀ ਅਲੱਗ ਅਲੱਗ ਤਰ੍ਹਾਂ ਦੇ ਸਬਜ਼ੀਆਂ ਦੀ ਪਨੀਰੀ, ਸਬਜ਼ੀਆਂ ਦੇ ਬੂਟੇ, ਫਰੂਟਸ ਦੇ ਬੂਟੇ, ਤੇ ਨਾਲ ਨਾਲ ਫਲਾਵਰਸ ਵੀ ਨੇ ਇਹਨਾਂ ਕੋਲ ਕੁਝ। ਤੇ ਬਣੇ ਰਹੋ ਵਲੌਗ ਦੇ ਐਂਡ ਤੱਕ, ਬਹੁਤ ਹੀ ਵਧੀਆ ਵਲੌਗ ਬਣਨ ਜਾ ਰਿਹਾ ਜੀ। ਤੇ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਪਨੀਰੀਆਂ, ਗੇਤੀਆਂ, ਪਛੇਤੀਆਂ, ਹਰੇਕ ਤਰ੍ਹਾਂ ਦੀਆਂ ਕਿਸਮਾਂ ਆਪਾਂ ਸਬਜ਼ੀਆਂ ਦੀਆਂ ਤੇ ਫਰੂਟਾਂ ਦੀਆਂ ਦਿਖਾਉਣ ਜਾ ਰਹੇ ਹਾਂ ਜੀ। ਲਓ ਜੀ ਇਹ ਵੀਰ ਜੀ ਨੇ, ਇੱਥੋਂ ਦੇ ਓਨਰ ਮਾਲਕ ਨੇ, ਤੇ ਆਪਾਂ ਇਹਨਾਂ ਨਾਲ ਕਰਦੇ ਗੱਲਬਾਤ। ਹੋਰ ਵੀਰ ਜੀ ਠੀਕ ਠਾਕ ਜੀ? ਹਾਂਜੀ ਵੀਰ ਜੀ ਠੀਕ ਠਾਕ, ਸਭ ਵਧੀਆ ਜੀ। ਹਾਂ ਸਭ ਠੀਕ, ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਫਾਰਮ 'ਚ ਆਏ। ਹਾਂਜੀ ਹਾਂਜੀ ਕੋਈ ਗੱਲ ਨਹੀਂ, ਸਾਨੂੰ ਬਹੁਤ ਖੁਸ਼ੀ ਹੋਈ ਹੈ। ਮੋਸਟ ਵੈਲਕਮ ਜੀ, ਮੋਸਟ ਵੈਲਕਮ। ਅੱਛਾ ਵੀਰ ਜੀ, ਆਪਾਂ ਆ ਤੁਹਾਡੇ ਪਿੱਛੇ ਦੇਖ ਰਹੇ ਹਾਂ ਜੀ, ਨਾਲ ਟਮਾਟਰ ਲੱਗੇ ਹੋਏ ਨੇ ਜੀ, ਇਹਨਾਂ ਬਾਰੇ ਸਭ ਤੋਂ ਪਹਿਲਾਂ ਆਪਾਂ ਨੂੰ ਦੱਸੋ ਜੀ। ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਵੀਰ ਜਿਹੜੇ ਮੇਰੀ ਵੀਡੀਓ ਨੂੰ ਦੇਖਣਗੇ, ਹਾਂਜੀ, ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਵੀਰ ਜੀ ਇਹ ਵੈਰਾਈਟੀ ਸਾਨੂੰ ਲਾਈ ਹੈ ਟਮਾਟਰ ਦੀ। ਹਾਂਜੀ, ਸਾਡੇ ਕੋਲੇ ਇੱਕ ਵੈਰਾਈਟੀ ਨਹੀਂ ਹੈਗੀ, ਸਾਡੇ ਕੋਲੇ ਘੱਟੋ ਘੱਟ ਵੀ 8-9 ਵੈਰਾਈਟੀਆਂ ਟਮਾਟਰ ਦੀਆਂ ਮੇਰੇ ਕੋਲੇ ਲੱਗੀਆਂ ਇਸ ਟਾਈਮ। ਗਰਮੀਆਂ ਦੀਆਂ ਜੀ? ਗਰਮੀਆਂ ਦੀ ਵੈਰਾਈਟੀਆਂ। ਅੱਛਾ ਜੀ, ਤੇ ਇਹ ਮੈਂ 8-9 ਵੈਰਾਈਟੀਆਂ ਇਸ ਕਰਕੇ ਲਾਈਆਂ ਨੇ ਵੀ ਆਪਣੇ ਮੈਂ ਚੈੱਕ ਕਰ ਲਾਂ। ਅੱਛਾ ਜੀ, ਚੈੱਕ ਕਰਕੇ ਵੀ ਜਿਹੜੀ ਜੀ ਵੈਰਾਈਟੀ ਪਾਸ ਹੁੰਦੀ ਆ, ਅੱਛਾ ਜੀ, ਉਹ ਮੈਂ ਆਪਣੇ ਕਿਸਾਨ ਭਰਾ ਨੂੰ ਲਵਾ ਸਕਾਂ। ਠੀਕ ਹੈ ਜੀ, ਮਤਲਬ ਇਹ ਗਰਮੀਆਂ ਦੀਆਂ ਨੇ ਜੀ? ਗਰਮੀਆਂ ਦੀ ਵੈਰਾਈਟੀ। ਤੇ ਆਪਾਂ ਦੇਖੀਏ ਮੜਾ ਜਿਹਾ ਟਮਾਟਰਾਂ ਨੂੰ ਇਹਨਾਂ ਨੂੰ। ਹਾਂਜੀ ਹਾਂਜੀ, ਆ ਜਾਓ, ਆਹ ਦੇਖੋ ਜੀ ਟਮਾਟਰ ਲੱਗੇ ਹੋਏ ਨੇ। ਦੇਖੋ ਵੀਰ ਜੀ ਪੌਦਾ ਜਿਹੜਾ ਟਮਾਟਰਾਂ ਦਾ, ਜਿਹੜਾ ਬੂਟਾ ਪੂਰਾ ਭਰਪੂਰ ਹੈ ਜੀ ਫਲ ਵਾਲਾ। ਜਿਹੜਾ ਸਾਇਜ਼ ਆ ਟਮਾਟਰ ਦਾ ਦੇਖੋ ਜੀ, ਕਿਆ ਬਾਤ ਹੈ ਜੀ, ਚੈੱਕ ਕਰੋ ਟਮਾਟਰ ਪੂਰਾ ਲਿਸ਼ਕ ਰਿਹਾ, ਪੂਰੀ ਸ਼ਾਈਨਿੰਗ ਹੈ ਜੀ ਫਰੂਟ ਤੇ। ਤੇ ਆਹ ਦੇਖੋ ਇਸ ਤਰ੍ਹਾਂ ਜਿਵੇਂ ਆਪਾਂ ਲਗਾਉਂਦੇ ਹਾਂ ਜੀ ਖੇਤ ਦੇ ਵਿੱਚ, ਦੋਸਤੋ ਆਪਾਂ ਵਿਖਾਇਆ ਸੀ ਤੁਹਾਨੂੰ ਵਲੌਗ ਦੇ ਵਿੱਚ ਆਪਣੇ ਖੇਤ ਦਾ, ਤੇ ਇਸ ਤਰ੍ਹਾਂ ਵੀਰ ਹਰਾਂ ਨੇ ਵੀ ਵਾਂਸਾਂ ਦੇ ਉੱਪਰ ਲਗਾਏ ਹੋਏ ਆ। ਬਿਲਕੁਲ ਰਾਉਂਡ ਹੈ। ਅੱਛਾ ਜੀ, ਟਾਇਟ ਹੈ, ਹਾਂਜੀ, ਪਿੱਲਾ ਨਹੀਂ ਹੋਇਆ ਗਰਮੀ ਦੇ ਵਿੱਚ। ਅੱਛਾ ਜੀ, ਵਰਾਈਟੀਆਂ ਜਿਹੜੀ ਲੱਗੀਆਂ ਪੱਤਾ ਚੌੜਾ, ਜਿਹੜੀ ਜਿਹੜੀ ਵਰਾਈਟੀ ਆ ਪੱਤਾ ਚੌੜਾ ਹੁੰਦਾ ਉਹ ਗਰਮੀ ਵਾਲੀ ਵਰਾਈਟੀ ਹੁੰਦੀ ਹੈ। ਅੱਛਾ ਜੀ, ਜਿਵੇਂ ਵੀਰੇ ਆਪਾਂ ਤੁਹਾਨੂੰ ਮਤਲਬ ਮੈਂ ਆਪਣੇ ਵਲੌਗਸ ਦੇ ਵਿੱਚ ਪਹਿਲਾਂ ਵਿਖਾ ਚੁੱਕਾ ਵਾਂ, ਆਪਣੇ ਨਾ ਜਿਹੜੇ ਲਾਏ ਸੀਗਾ ਆਪਾਂ 50-13 ਵਰਾਈਟੀ ਲਾਈ ਸੀ, ਉਹਨੂੰ ਐਤਕੀ ਸੈੱਲਾਂ ਦੇ ਵਿੱਚ ਨਾ ਫੰਗਸ ਬਹੁਤ ਪੈ ਗਈ ਸੀਗੀ, ਬਲੈਟ ਪੈ ਗਈ ਸੀਗੀ, ਤੇ ਉਹਦਾ ਉਹ ਕੋਈ ਇਹਨਾਂ ਨੂੰ ਕਹਿੰਦੀ ਤੇ ਨਹੀਂ ਕੋਈ ਦਿੱਕਤ ਵਗੈਰਾ ਕੋਈ ਉਹਨਾਂ ਨੂੰ? ਨਹੀਂ, ਫਿਲਹਾਲ ਜਿਹੜੇ ਉਹ 50-13 ਦੀ ਵਰਾਈਟੀ ਜਿਹੜਾ ਟਾਈਮ ਆ ਨਾ ਉਹ ਟਾਈਮ 'ਚ ਵਰਾਈਟੀ ਲੱਗਦੀ ਹੈ। ਅੱਛਾ ਜੀ, ਉਹ ਟਾਈਮ 'ਚ ਮੀਂਹ ਮੂੰਹ ਪੈਂਦੇ ਨੇ। ਹਾਂ, ਬਰਸਾਤਾਂ ਹੁੰਦੀਆਂ ਨੇ, ਬਰਸਾਤਾਂ ਹੁੰਦੀਆਂ ਨੇ, ਉਹ ਬਰਸਾਤ ਜਦੋਂ ਹੋ ਕੇ ਹਟ ਗਈ, ਹਾਂਜੀ, ਨਾਲ ਦੀ ਨਾਲ ਉਹਦੀ ਫਲੈਟ ਦੀ ਜਿਹੜੀ ਆਉਂਦੀ ਆ ਬਿਮਾਰੀ ਆਉਂਦੀ, ਉਹ ਸਪਰੇਅ ਨਾਲ ਦੀ ਨਾਲ ਕਰਨੀ ਪੈਂਦੀ ਆ ਆਪਾਂ ਨੂੰ। ਅੱਛਾ ਜੀ, ਜੇ ਬੰਦਾ ਇੱਕ ਦਿਨ ਵੀ ਲੇਟ ਹੋ ਗਿਆ ਸਮਝ ਲਓ ਸਾਰਾ ਪੱਤਾ ਫੁੱਕ ਜਾਂਦਾ ਫਿਰ। ਠੀਕ ਹੈ। ਅੱਛਾ ਵੀਰੇ, ਹੁਣ ਮੈਨੂੰ ਇਹ ਦੱਸੋ ਇਹਦੀ ਪਨੀਰੀ ਤੁਸੀਂ ਕਦੋਂ ਅਵੇਲੇਬਲ ਕਰਦੇ ਹੋ? ਜੇ ਆਪਾਂ ਲੈਣੀ ਹੋਵੇ, ਹੁਣ ਜਿਵੇਂ ਆਪਣਾ ਚੱਲ ਰਿਹਾ ਜੀ ਮਈ ਚੱਲਦਾ ਪਿਆ, ਤੇ ਆਪਾਂ ਹੁਣ ਇਹਦੀ ਕਦੋਂ ਜਿਹੜੀ ਆ ਪਨੀਰੀ ਆਪਾਂ ਕਦੋਂ ਲੈ ਸਕਦੇ ਹਾਂ ਇਹਦੀ? ਇਹਦੀ ਪਨੀਰੀ ਤੁਸੀਂ ਵੀਰ ਜੀ ਸਾਡੇ ਕੋਲੋਂ ਦਸੰਬਰ ਤੋਂ ਲੈ ਕੇ, ਹਾਂਜੀ, ਜਨਵਰੀ, ਫਰਵਰੀ, ਅੱਛਾ ਜੀ, ਮਾਰਚ ਦੀ 10 ਤਰੀਕ ਤੱਕ, 15 ਤਰੀਕ ਤੱਕ ਸਾਡੇ ਕੋਲ ਪਨੀਰ ਲੈ ਸਕਦੇ ਹਾਂ। ਉਸ ਤੋਂ ਬਾਅਦ ਲਾਉਣ ਦਾ ਕੋਈ ਫਾਇਦਾ ਨਹੀਂ ਫਿਰ? ਉਸ ਤੋਂ ਬਾਅਦ ਫਿਰ ਲੇਟ ਹੋ ਜਾਂਦਾ ਜ਼ਿਆਦਾ, ਫਿਰ ਵਰਾਇਟੀ ਨੇ, ਠੀਕ ਹੈ ਜੀ, ਮਤਲਬ ਕਿ ਬਹੁਤ ਜ਼ੋਰ ਲਾਉਣਾ ਪੈਣਾ ਆਪਾਂ ਨੂੰ, ਖੁਰਾਕ ਦੇਣੀ ਪੈਣੀ ਹੈ, ਫਿਰ ਧੱਕੇ ਨਾਲ ਚਲਾਉਣਾ ਪੈਣਾ ਜ਼ਿਆਦਾ। ਠੀਕ ਹੈ। ਹਾਂਜੀ, ਤੇ ਟਮਾਟਰਾਂ ਦਾ ਤੁਹਾਨੂੰ ਆਪਾਂ ਵਿਖਾਇਆ ਇਹਨਾਂ ਦਾ ਵੀਰਾਂ ਦਾ, ਤੇ ਲੇਬਰ ਤੋੜ ਰਹੀ ਹੈ ਨਾਲ ਨਾਲ, ਵੇਖੋ ਟਮਾਟਰ ਜੀ, ਤੇ ਆਹ ਦੇਖੋ ਭਰ ਭਰ ਕੇ ਕ੍ਰੇਟ ਆ ਜਿਹੜੇ ਇਹਨਾਂ ਨੇ ਰੱਖੇ ਨੇ, ਤੇ ਟਮਾਟਰ ਬਹੁਤ ਸ਼ਾਨਦਾਰ ਹੈ ਜੀ। ਆਹ ਦੇਖੋ ਆ ਬਾਲਟੀ ਦੇ ਵਿੱਚ ਪਏ ਹੋਏ ਨੇ, ਦੇਖੋ ਕਿੰਨੀ ਸ਼ਾਈਨਿੰਗ ਇਹਨਾਂ ਦੇ ਵਿੱਚ, ਤੇ ਇੱਧਰ ਕ੍ਰੇਟ ਭਰੀ ਜਾਂਦੇ ਨੇ ਜਿਵੇਂ ਆਪਾਂ ਭਰਦੇ ਹੁੰਦੇ ਹਾਂ ਜੀ ਸੇਮ ਉਵੇਂ। ਆਹ ਦੇਖੋ ਪੂਰਾ ਗੁੰਦਵਾ ਹੈ ਜੀ ਟਮਾਟਰ ਜਿਹੜਾ, ਪੂਰੇ ਹੈਵੀ ਪੀਸ ਨੇ,
ਤੇ ਬਹੁਤ ਵਧੀਆ ਜੀ। ਤੇ ਹੁਣ ਆਪਾਂ ਤੁਹਾਨੂੰ ਹੋਰ ਵੈਰਾਇਟੀ ਵਿਖਾਉਂਦੇ ਹਾਂ ਜੀ, ਅੱਗੇ ਪਿਆਜ਼ਾਂ ਦੀ ਵੀ ਇਹਨਾਂ ਕੋਲ ਬੜੀ ਵਧੀਆ ਵੈਰਾਇਟੀ ਹੈ ਤੇ ਉਹਦਾ ਵੀ ਕਣ ਵਗੈਰਾ ਕਹਿੰਦੇ ਮਤਲਬ ਸੇਲ ਕਰਦੇ ਹਾਂ ਜੀ ਅਸੀਂ। ਇੱਧਰ ਦੇਖੋ ਜੀ ਪਿਆਜ਼ ਆ ਕਾਫੀ ਜਗ੍ਹਾ ਹੈ, ਮੈਨੂੰ ਲੱਗਦਾ ਵੀ ਤਕਰੀਬਨ 1 ਵੀਘਾ ਥਾਂ ਹੋਏਗੀ ਜੀ ਬਾਈ ਨੇ ਪਿਆਜ਼ ਲਾਏ ਹੋਏ ਨੇ। ਤੇ ਆਹ ਦੇਖੋ ਚੈੱਕ ਕਰੋ ਜੀ ਪਿਆਜ਼ ਬਹੁਤ ਮੋਟਾ ਹੈ। ਮੈਂ ਵੀਰ ਨੂੰ ਕਹਾਂਗਾ ਇੱਕ ਵਾਰੀ ਪੱਟ ਕੇ ਵਿਖਾਓ, ਵੀਰ ਜੀ ਇੱਕ ਵਧੀਆ ਜਿਹਾ ਪੀਸ ਨਾ ਪੱਟ ਕੇ ਦਿਖਾਓ ਆਪਾਂ ਨੂੰ ਸੈਂਪਲ। ਸਾਰੇ ਪੀਸ ਵਧੀਆ ਨੇ ਜੀ, ਕਰੋ ਚੈੱਕ ਜੀ ਨੇੜੇ। ਆਹ ਦੇਖੋ ਜੀ। ਤੇ ਵੀਰੇ ਇਹਦਾ ਕਣ ਆਪਾਂ ਕਦੋਂ ਕਦੋਂ ਆਪਾਂ ਲੈ ਸਕਦੇ ਹਾਂ, ਮਤਲਬ ਕਿਹੜੇ ਮਹੀਨੇ ਤੁਸੀਂ ਇਹਦਾ ਕਣ ਵੇਚਦੇ ਹੋ? ਇਹਦਾ ਕਣ ਜੀ ਦੇਖੋ ਲੋਹੜੀ ਨੂੰ ਅਸਲ ਗੱਠਾ ਜਿਹੜਾ ਲੱਗਿਆ ਹੁੰਦਾ ਆ। ਅੱਛਾ ਜੀ। ਉਹ ਕਾਮਯਾਬ ਆਪਣੇ ਗੱਠਾ ਬਹੁਤ ਵਧੀਆ ਹੁੰਦਾ ਆ ਲੋਹੜੀ ਨੂੰ, ਲੋਹੜੀ ਦੇ ਮਤਲਬ ਨੇੜੇ ਤੇੜੇ। ਹਾਂ ਜੀ ਜਨਵਰੀ ਦੇ ਮਹੀਨੇ ਚ ਇਹਦੀ ਪਨੀਰੀ ਅਸੀਂ ਜਿਹੜੀ ਸੀਡ ਸੇਲ ਕਰਦੇ ਹਾਂ ਦੁਸਹਿਰੇ ਨੂੰ ਕਰਦੇ ਹੁੰਦੇ ਆ। ਅੱਛਾ ਦੁਸਹਿਰੇ ਨੂੰ। ਦੁਸਹਿਰੇ ਨੂੰ ਇਹਦੀ ਬਿਜਾਈ ਹੁੰਦੀ ਹੁੰਦੀ ਆ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਇਹ ਜਨਵਰੀ ਦੇ ਵਿੱਚ ਪੱਟ ਕੇ ਲੱਗਦਾ ਆ। ਅੱਛਾ ਜੀ। ਤੇ ਕੀ ਪ੍ਰਾਈਸ ਵਗੈਰਾ ਰਹਿੰਦਾ ਜੀ ਇਹਦਾ? ਪ੍ਰਾਈਸ ਦੇਖੋ ਬੀਜ ਦਾ ਤਾਂ ਅਪ ਡਾਊਨ ਹੁੰਦਾ ਰਹਿੰਦਾ, ਕਦੇ ਹੋ ਜਾਂਦਾ ਹੈ 2000 ਰੁਪਏ ਕਿਲੋ। ਅੱਛਾ ਨਹੀਂ ਕਣ 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 ਜਿਹੜੀ ਪਨੀਰੀ ਦਾ ਰੇਟ ਆ? ਹਾਂਜੀ ਪਨੀਰੀ। ਪਨੀਰੀ ਦਾ ਰੇਟ ਵੀਰ ਜੀ ਦੇਖੋ ਉਹ ਵੀ ਬੀਜ ਦੇ ਮੁਤਾਬਕ ਹੀ ਹੁੰਦਾ ਆ। ਅੱਛਾ ਜੀ। ਕਈ ਵਾਰ ਤਾਂ ਦੇਖੋ 100 ਰੁਪਏ ਕਿਲੋ ਹੁੰਦਾ ਆ। ਅੱਛਾ ਜੀ। ਕਈ ਵਾਰ 150, ਕਈ ਵਾਰ 80, 70, 50 ਰੁਪਏ। ਹਾਂਜੀ ਮਤਲਬ ਮਾਰਕੀਟ ਦੇ ਹਿਸਾਬ ਨਾਲ ਰੋਟ ਰੇਟ ਹੁੰਦਾ ਆ, ਕਿਲੋ ਦੇ ਹਿਸਾਬ ਨਾਲ। ਕਿਲੋ ਦੇ ਹਿਸਾਬ ਨਾਲ ਪਨੀਰੀ। ਠੀਕ ਹੈ ਜੀ। ਦੇਖੋ ਜੀ ਪਿਆਜ਼ ਬਹੁਤ ਵਧੀਆ ਵੀ ਪੂਰਾ, ਇਹਨੂੰ ਤੁਸੀਂ ਸਾਲ ਭਰ ਰੱਖੀ ਰੱਖੋ ਗੱਠੇ ਨੂੰ। ਅੱਛਾ ਜੀ। ਤੁਹਾਡਾ ਗਲਦਾ ਨਹੀਂ ਹੈਗਾ। ਅੱਛਾ ਅੱਛਾ ਜੀ। ਖਰਾਬ ਨਹੀਂ ਹੋਏਗਾ। ਠੀਕ ਹੈ ਜੀ। ਤੁਸੀਂ ਆਪਦਾ ਆਰਾਮ ਨਾਲ 6 ਮਹੀਨੇ ਸਾਲ ਭਰ ਰੱਖ ਕੇ ਖਾ ਸਕਦੇ ਹੋ। ਅੱਛਾ। ਇਹ ਹੁਣ ਤੁਸੀਂ ਜਨਵਰੀ ਚ ਲਾਏ ਸੀਗੇ ਜੀ? ਹਾਂਜੀ ਅਸੀਂ ਜਨਵਰੀ ਨੂੰ ਲਾਏ ਸੀਗੇ, ਲੋਹੜੀ ਤੋਂ ਤਕਰੀਬਨ 5-7 ਦਿਨ ਬਾਅਦ ਲਾਤੇ ਸੀਗੇ। ਅੱਛਾ ਜੀ। ਦੇਖੋ ਜੀ ਤੁਸੀਂ ਕਾਫੀ ਵੱਡਾ ਏਰੀਆ ਇਹਨਾਂ ਦਾ, ਉਹ ਦੂਰ ਤੱਕ ਸਾਹਮਣੇ ਗੋਦਾਮ ਹੈ ਜੀ, ਤੇ ਇੱਧਰ ਸਾਰੇ ਇਹਨਾਂ ਦਾ ਬਾਈਆਂ ਦਾ ਏਰੀਆ, ਇੱਧਰ ਸਾਹਮਣੇ ਜਿਸ ਤੱਕ ਨਿਗਾਹ ਜਾਂਦੀ ਜੀ ਇੱਧਰ ਤੁਸੀਂ ਦੇਖੋ ਜਿਹੜੀ ਕੋਠੀ ਪਈ ਉਹਦੇ ਨਾਲ ਨਾਲ ਇੱਧਰ ਵੀ, ਤੇ ਸਾਰਾ ਇਹਨਾਂ ਦਾ ਪਨੀਰੀ ਦਾ ਕੰਮ ਹੈ ਜੀ। ਤੇ ਆਹ ਪਿਆਜ਼ ਬਾਕੀ ਤੁਸੀਂ ਦੇਖ ਲਓ ਜੀ, ਆਹ ਕਿਆਰੀਆਂ ਇਸ ਤਰ੍ਹਾਂ ਕਰਕੇ ਬੀਜੀਆਂ ਹੋਈਆਂ ਨੇ। ਇਹ ਵੀਰੇ ਥੋੜਾ ਸੰਘਣਾ ਨਹੀਂ ਕਿ ਕੋਈ ਇਸ਼ੂ ਨਹੀਂ, ਇਹਨੂੰ ਸੰਘਣਾ ਵੀ ਹੋ ਜਾਂਦਾ ਜਿਵੇਂ ਆਹ ਦੇਖੋ ਆਹ ਇਕੱਠੇ ਲੱਗੇ ਹੋਏ ਨੇ ਦੋ ਪਿਆਜ਼। ਵੀਰੇ ਦੇਖੋ ਸਹਿਜ, ਦੇਖੋ ਇਕੱਠੇ ਦਾ ਸਹਿਜ ਬਣ ਗਿਆ ਆਪਾਂ ਨੂੰ, ਸਹਿਜ ਤੱਕ ਉਹ ਚਾਹੀਦਾ ਵੀ ਆਪਣਾ ਇਕੱਠਾ ਵਧੀਆ ਬਣੇ। ਸਹਿਜ ਤਾਂ ਕੋਈ ਇਸ਼ੂ ਨਹੀਂਗਾ ਸਹਿਜ ਦੀ ਗੱਲ, ਪਰ 5-5 ਸਹਿਜ ਪੂਰਾ ਬਿਲਕੁਲ। ਹਾਂਜੀ 5-5 6-6 ਇੰਚ ਛੱਡ ਕੇ ਲਾ ਦੇਵੇ ਬੰਦਾ। ਅੱਛਾ ਜੀ। ਫਿਰ ਉਹਦੇ ਨਾਲ ਆਇਆ ਆਪਾਂ ਨੂੰ ਨਿਕਾਲ ਵੀ ਕੁਝ ਨਿਕਲੇਗਾ ਖੇਤ ਚੋਂ। ਹਾਂਜੀ ਹਾਂ। ਜੇ ਜ਼ਿਆਦਾ ਸਿੱਧਾ ਲਾਦਾ ਫਿਰ ਆਪਣਾ ਨਿਕਾਲ ਨਹੀਂ ਨਿਕਲੇਗਾ ਜੀ। ਬਿਲਕੁਲ ਜੀ ਬਿਲਕੁਲ। ਤੇ ਹੋਰ ਆਪਾਂ ਤਾਂ ਨਾਲ ਨਾਲ ਵੈਰਾਈਟੀਆਂ ਵਿਖਾਉਂਦੇ ਹਾਂ ਜੀ, ਸਾਰਾ ਵਲੌਗ ਜ਼ਰੂਰ ਦੇਖਿਓ ਜੀ ਤੁਸੀਂ। ਬੜੀਆਂ ਵਧੀਆ ਇਹਨਾਂ ਕੋਲ ਪਨੀਰੀਆਂ ਨੇ ਜੀ, ਸਬਜ਼ੀਆਂ ਦੀਆਂ ਤੇ ਫਰੂਟਸ ਦੇ ਬੂਟੇ ਵੀ ਬੜੇ ਵਧੀਆ ਨੇ ਜੀ। ਹੁਣ ਵੀਰ ਆਪਾਂ ਨੂੰ ਅਗਲੀ ਵੈਰਾਈਟੀ ਵਿਖਾਉਣ ਜਾ ਰਿਹਾ ਜੀ, ਮਿਰਚਾਂ, ਹਰੀਆਂ ਮਿਰਚਾਂ ਜੀ ਕੌੜੀਆਂ। ਆਹ ਦੇਖੋ ਜੀ ਚੈੱਕ ਕਰੋ ਲੱਗੀਆਂ ਹੋਈਆਂ ਆ ਸਾਰੇ ਖੇਤ ਦੇ ਵਿੱਚ, ਤੇ ਆਪਾਂ ਨੇੜੇ ਦਿਖਾਉਂਦੇ ਹਾਂ ਜੀ। ਆਹ ਦੇਖੋ ਫਲ ਤੁਸੀਂ ਮਿਰਚਾਂ ਨੂੰ ਕਿੰਨਾ ਲੱਗਾ ਹੋਇਆ। ਤੇ ਵੀਰੇ ਜਿਵੇਂ ਹੁਣ ਆਪਾਂ ਤੋੜ ਕੇ, ਹੁਣ ਤਾਂ ਚਲੋ ਆਪਾਂ ਖਾਧੀ ਨਹੀਂ ਜਾਣੀ, ਰੋਟੀ ਵਗੈਰਾ ਨਾਲ ਖਾਧੀ, ਇਹ ਪੂਰੀ ਕੌੜੀ ਹੈ ਮਿਰਚ? ਦੇਖੋ ਜੀ ਇਹ ਪੂਰੀ ਚਰਚਰੀ ਹੈ ਐਨ। ਅੱਛਾ ਜੀ। ਸਾਡੇ ਕੋਲ ਜਿੰਨੀਆਂ ਵੈਰਾਈਟੀਆਂ ਹੈਗੀਆਂ ਨੇ ਮਿਰਚਾਂ ਦੀ, ਸਭ ਚਰਚਰੀਆਂ ਨੇ। ਅੱਛਾ ਜੀ। ਬਗੈਰ ਚਰਚਰੀ ਵਾਲੀ ਵੈਰਾਈਟੀ ਤਾਂ ਅਸੀਂ ਯੂਜ਼ ਨਹੀਂ ਕਰਦੇ। ਚਰਚਰੀ ਮਤਲਬ ਪੂਰੀ ਕੌੜੀ? ਕੌੜੀ ਮਤਲਬ ਕਿ ਕਹਿਣਾ ਮਤਲਬ ਕੌੜੀ। ਠੀਕ ਹੈ ਜੀ। ਤੇ ਇਹ ਮਤਲਬ ਇਹ ਕਿਹੜੇ ਮਹੀਨੇ ਤੁਸੀਂ ਲਾਈਆਂ ਨੇ? ਇਹ ਦੇਖੋ ਜੀ 10-11 ਮਹੀਨੇ ਦੇ ਵਿੱਚ, 10ਵੇਂ ਮਹੀਨੇ ਪਨੀਰੀ ਅਸੀਂ ਬਿਜਾਈ ਸ਼ੁਰੂ ਕਰ ਦਾਣੇ ਆ ਅਕਤੂਬਰ ਚ। ਹਾਂਜੀ। ਅੱਛਾ ਜੀ। ਬੀਜ ਦੀ ਬਿਜਾਈ ਸ਼ੁਰੂ ਕਰ ਦਾਣੇ ਆ। ਅੱਛਾ ਜੀ। ਉਸ ਤੋਂ ਬਾਅਦ ਫਿਰ ਇਹ ਜਦੋਂ ਆਪਣਾ ਜਨਵਰੀ ਦੇ ਵਿੱਚ, ਜਨਵਰੀ ਦੇ 15-20 ਤਰੀਕ ਤੋਂ ਬਾਅਦ ਅਸੀਂ ਲਵਾਈ ਸ਼ੁਰੂ ਕਰਾ ਦਾਣੇ ਹੁੰਨੇ ਆ। ਅੱਛਾ ਮਤਲਬ ਇਹਦੀ ਪਨੀਰੀ ਤਿਆਰ ਹੋਣ 2 ਮਹੀਨੇ ਲੱਗ ਜਾਂਦੇ ਆ ਜੀ? ਹਾਂਜੀ 2 ਮਹੀਨੇ ਜੀ। ਕਣ ਮਤਲਬ ਜਿਹੜਾ ਬੀਜ ਲਾਉਨੇ ਆ ਪਨੀਰੀ ਵਾਲਾ? ਹਾਂਜੀ। ਉਸ ਤੋਂ ਬਾਅਦ 2 ਮਹੀਨੇ ਤਿਆਰ ਹੋ ਜਾਂਦੇ ਪਨੀਰੀ। ਅੱਛਾ ਜੀ। ਉਸ ਤੋਂ ਬਾਅਦ 15-20 ਜਨਵਰੀ ਤੋਂ ਬਾਅਦ ਅਸੀਂ ਲਵਾਉਣੀ ਸ਼ੁਰੂ ਕਰਾ ਦਾਣੇ ਆ। ਅੱਛਾ ਜੀ। ਫਿਰ ਫਰਵਰੀ, ਮਾਰਚ, ਅਪ੍ਰੈਲ, ਮਈ ਸਾਡੇ ਕੋਲ ਵੈਰਾਈਟੀਆਂ ਹੁੰਦੀਆਂ ਨੇ, ਅਲੱਗ-ਅਲੱਗ ਵੈਰਾਈਟੀਆਂ, ਅਲੱਗ-ਅਲੱਗ ਟਾਈਮ 'ਚ ਲੱਗਣ ਵਾਲੀਆਂ। ਠੀਕ ਹੈ। ਸਾਰੀਆਂ ਅਵੇਲੇਬਲ ਮਿਲਦੀਆਂ ਸਾਡੇ। ਇਹ ਕਿਹੜੇ ਮਹੀਨੇ ਤੱਕ ਚੱਲਦੀਆਂ ਨੇ ਜੀ ਮਿਰਚ? ਜਿਵੇਂ ਹੁਣ ਆਪਾਂ ਬੂਟਾ ਲਾਤਾ ਤੁਸੀਂ ਕਿਹਾ ਵੀ ਉਹਨੂੰ ਜਨਵਰੀ 'ਚ ਲਾਉਂਦੇ ਆ, ਫਿਰ ਕਿਹੜੇ ਮਹੀਨੇ ਤੱਕ ਚੱਲਦੀਆਂ ਨੇ ਜੀ? ਮਾਰਚ ਦੇ ਅੰਡੇ 'ਚ ਚੱਲ ਪਾਉਂਦੀ ਆ ਭਾਜੀ। ਅੱਛਾ ਤੇ ਲਾਸਟ ਕਿੰਨਾ ਚਿਰ ਚੱਲਦਾ ਬੂਟਾ ਹੈ? ਲਾਸਟ ਦੇਖੋ ਜਿਹੜੀ ਵੈਰਾਈਟੀ ਟੌਪ ਦੀ ਵੈਰਾਈਟੀ ਆ ਉਹਨੂੰ ਤੁਸੀਂ 12 ਮਹੀਨੇ ਤੱਕ ਚਲਾ ਸਕਦੇ ਹੋ। ਅੱਛਾ ਜੀ। ਦੁਬਾਰੇ ਫਿਰ ਇੰਨਾ ਚਿਰ ਕੱਢ ਜਾਂਦਾ? ਇੰਨਾ ਚਿਰ ਕੱਢ ਜੂਗਾ ਬੂਟਾ ਆ ਦੇਖੋ। ਅੱਛਾ ਜੀ। ਇਹ ਲੌਂਗ ਟਾਈਮ ਵਾਲੀ ਵੈਰਾਈਟੀ ਆ ਇਹ। ਅੱਛਾ। ਇਹ ਉਹ ਮਿਰਚ ਤੇ ਇਹ ਮਿਰਚ ਦਾ ਫਰਕ ਹੈ ਵੈਰਾਈਟੀ ਦਾ ਜੀ? ਹਾਂਜੀ ਇਹ ਵੈਰਾਈਟੀ ਦੇਖੋ ਜੀ ਇਹ ਮਿਰਚਾਂ ਹੈ ਥੋੜੀਆਂ ਬਰੀਕ ਤੇ ਲੰਮੀਆਂ ਨੇ ਉਹਦੇ ਨਾਲੋਂ, ਤੇ ਵੈਰਾਈਟੀ ਦਾ ਫਰਕ ਹੈ ਜੀ। ਹਾਂਜੀ ਹਾਂਜੀ। ਆ ਦੇਖੋ ਜੀ ਲਓ ਜੀ ਆਪਾਂ ਇਹਨਾਂ ਦਾ ਬਾਈਆਂ ਦਾ ਨਾਮ ਆ ਜਿਹੜਾ ਦੁਕਾਨ ਦਾ ਤੇ ਐਡਰੈਸ ਮੈਂਸ਼ਨ ਕਰਾਂਗੇ,
ਤੇ ਤੁਸੀਂ ਐਂਡ ਤੱਕ ਬਣੇ ਰਹੋ ਜੀ ਵਲੌਗ ਦੇ, ਤੇ ਫਿਰ ਤੁਹਾਨੂੰ ਦੱਸਾਂਗੇ ਤੁਸੀਂ ਜਿਹੜੇ ਜਿਹੜੇ ਵੀ ਵੀਰ ਭਰਾ ਆਪਣੇ ਨੇੜੇ ਨੇ ਜਾਂ ਇੱਧਰ ਆਉਂਦੇ ਨੇ ਏਰੀਏ 'ਚ, ਇੱਥੋਂ ਤੱਕ ਅਪਰੋਚ ਕਰ ਸਕਦੇ ਨੇ, ਇਹਨਾਂ ਤੱਕ ਪਹੁੰਚ ਸਕਦੇ ਨੇ, ਤੇ ਉਹ ਖਰੀਦ ਲੈਣ ਇਹਨਾਂ ਤੋਂ ਪਿਆਜ਼ ਟਮਾਟਰ ਹਰੀ ਮਿਰਚ ਆ ਗਈ। ਤੇ ਇਸ ਤੋਂ ਬਾਅਦ ਹੋਰ ਵੀਰ ਜੀ ਆਪਾਂ ਨੂੰ ਕੋਈ ਵਰਾਇਟੀ ਹੋਰ ਕਿਹੜੀ ਕਿਹੜੀ ਦਿਖਾਓ ਜੀ ਤੁਸੀਂ? ਉਹ ਸਾਡੇ ਕੋਲ ਸ਼ਿਮਲਾ ਮਿਰਚ ਦੀ ਵਰਾਇਟੀ ਵੀ ਲੱਗੀ ਹੋਈਆਂ ਨੇ, ਹੁਣ ਹੈਗੀ ਹੈ ਜੀ ਅਵੇਲੇਬਲ ਇਸ ਟਾਈਮ? ਅਵੇਲੇਬਲ ਹੈ, ਇਹਦੇ ਨਾਲ ਹੀ ਖੜੀ ਸੀਗੀ। ਅੱਛਾ ਜੀ, ਚਲੋ ਦਿਖਾਓ ਆਪਾਂ ਨੂੰ ਸ਼ਿਮਲਾ ਮਿਰਚ ਵੀ ਦਿਖਾਓ। ਚਲੋ ਆਪਾਂ ਸ਼ਿਮਲਾ ਮਿਰਚ ਵੀ ਦੇਖਦੇ ਹਾਂ ਜੀ। ਲਓ ਜੀ ਆ ਸ਼ਿਮਲਾ ਮਿਰਚ, ਕਰੋ ਚੈੱਕ ਜੀ, ਸ਼ਿਮਲਾ ਮਿਰਚ ਦੇ ਬੂਟੇ ਲੱਗੇ ਹੋਏ ਨੇ ਜੀ, ਤੇ ਕੱਦ ਇਹਨਾਂ ਦਾ ਤਕਰੀਬਨ ਹੈਗਾ ਜੀ 2-2 ਫੁੱਟ। ਤੇ ਆਹ ਦੇਖੋ ਨਿੱਕੀ ਜੀ ਲੱਗੀ ਹੋਈ ਹੈ ਇੱਕ ਪੂੰਗ ਜਿਹਦੇ ਤਰ੍ਹਾਂ, ਤੇ ਵੱਡੀ ਵੀ ਲੱਗੀ ਹੋਈ ਦਿਖਾਉਂਦੇ ਆ, ਦੇਖੋ ਬਾਈ ਨੇ ਤੋੜੀ ਹੈ, ਆਹ ਦੇਖੋ ਜੀ। ਐਕਚੁਅਲੀ ਅਸੀਂ ਤੜਾਈ ਕਰ ਲਈ ਹੈ ਜੀ। ਅੱਛਾ, ਤੜਾਈ ਕਰ ਲਈ, ਕਿੰਨੇ ਦਿਨਾਂ ਬਾਅਦ ਵੀਰੇ ਦੀ ਵਾਰੀ ਆਉਂਦੀ ਟੁੱਟਣ ਦੀ? ਬਸ ਜੀ 2 ਦਿਨ ਛੱਡ ਕੇ 3 ਦਿਨ, 4th ਦਿਨ। ਅੱਛਾ ਜੀ, ਇਹ ਕਦੋਂ ਕਿਹੜੇ ਸੀਜ਼ਨ 'ਚ ਦੀ ਤਿਆਰ ਹੁੰਦੀ ਪਨੀਰੀ, ਤੇ ਮਤਲਬ ਕਿੰਨੇ ਕਿਹੜੇ ਕਿਹੜੇ ਸੀਜ਼ਨ ਤੱਕ? ਹਰੀ ਮਿਰਚ ਦੇ ਹਿਸਾਬ ਹੈ ਇਹਦਾ ਵੀ। ਅੱਛਾ ਜੀ, ਹਾਂਜੀ, ਸੇਮ ਉਵੇਂ ਹੀ ਸਿਸਟਮ ਪਨੀਰੀ? ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਤੇ ਮੈਂ ਵਿਖਾਉਂਦਾ ਤੁਹਾਨੂੰ ਲੱਗੀਆਂ ਨੇ ਨਾਲ ਵੱਡੀਆਂ ਵੀ, ਜਿਵੇਂ ਆਹ ਦੇਖੋ ਜੀ ਆਹ ਬੂਟਾ, ਇਹਦੇ ਨਾਲ ਲੱਗੀ ਹੋਈ ਸ਼ਿਮਲਾ ਮਿਰਚ, ਤੇ ਇਸ ਤਰ੍ਹਾਂ ਕਰਕੇ ਵੀਰ ਨਹੀਂ। ਇਹ ਫਿਰ ਜਿਹੜਾ ਵੀਰੇ ਫਲ ਲੱਗਦਾ ਸੀ ਮੰਡੀ ਸਾਰਾ ਭੇਜ ਦਿੰਦੇ ਹੋ? ਹਾਂਜੀ, ਸਬਜ਼ੀ ਮੰਡੀ ਜੀ। ਠੀਕ ਹੈ ਜੀ, ਨਾਲੇ ਖੇਤੀ ਹੋ ਜਾਂਦੀ ਹੈ, ਨਾਲੇ ਅਸੀਂ ਵੈਰਾਈਟੀ ਚੈੱਕ ਕਰ ਲਾਂਗੇ, ਨਾਲੇ ਵੈਰਾਈਟੀ ਦਾ ਜਿਹੜਾ ਐਕਸਪੈਰੀਮੈਂਟ ਕਰ ਲੈਂਦੇ ਨੇ, ਨਾਲੇ ਖੇਤੀ ਕਰ ਲੈਂਦੇ ਨੇ। ਚਲੋ, ਇਹਨਾਂ ਦੀ ਵੱਟਤ ਹੋ ਜਾਂਦੀ ਹੈ ਜਿਹੜੀਆਂ ਪਨੀਰੀਆਂ ਲਾਈਆਂ ਹੁੰਦੀਆਂ ਨੇ। ਹਾਂਜੀ, ਤੇ ਨਾਲੇ ਫਿਰ ਪਨੀਰੀ ਵੇਚ ਵੀ ਲੈਂਦੇ ਨੇ ਜੀ। ਬਿਲਕੁਲ ਜੀ, ਬਿਲਕੁਲ। ਇਸ ਤਰ੍ਹਾਂ, ਤੇ ਹੋਰ ਵੀਰ ਜੀ ਆਪਾਂ ਨੂੰ ਵਿਖਾਓ ਜੀ ਹੋਰ ਵੀ ਵੈਰਾਈਟੀਆਂ ਜਿਹੜੀਆਂ ਤੁਹਾਡੇ ਕੋਲ ਅਵੇਲੇਬਲ ਨੇ ਇਸ ਟਾਈਮ। ਤੇ ਆਹ ਕੁਝ ਨਾ ਪਨੀਰੀਆਂ ਵੀਰ ਨੇ ਉਹ ਸਿਰੇ ਤੱਕ ਬੀਜੀਆਂ ਨੇ, ਛੋਟੀਆਂ ਛੋਟੀਆਂ ਪੱਟੜੀਆਂ ਬਣਾ ਕੇ, ਤੇ ਆਪਾਂ ਨੂੰ ਦੱਸਣੇ ਵੀਰ ਜੀ ਕਾਹਦੀ ਕਾਹਦੀ। ਪਹਿਲੇ ਨੰਬਰ ਤੇ ਆਹ ਕਾਹਦੀ ਪਨੀਰੀ ਜਿਹੜੀ ਤੁਹਾਡੀ ਬੈਕ ਸਾਈਡ ਤੇ ਆ ਕੈਰੀ ਹੈ ਜੀ? ਇਹ ਟਮਾਟਰ ਹੈ ਜੀ ਆਪਣਾ। ਅੱਛਾ ਜੀ, ਇਹ ਕਿਹੜੀ, ਉਹੀ ਜਿਹੜਾ ਲਾਇਆ ਹੋਇਆ ਜਾਂ ਕੋਈ ਹੋਰ ਕੁਆਲਿਟੀ ਹੈ? ਨਹੀਂ, ਇਹ ਹੋਰ ਵੈਰਾਈਟੀ ਹੈ, ਟ੍ਰਾਇਲ ਦੇ ਵਿੱਚ ਆਏ ਸੀਗੇ ਜੀ, ਟ੍ਰਾਇਲ ਬੀਜੇ ਨੇ, ਟ੍ਰਾਇਲ ਕਰ ਰਹੇ, ਦੇਖਾਂ ਚੈੱਕ ਕਰਕੇ। ਠੀਕ ਹੈ, ਤੇ ਆਹ ਨੈਕਸਟ ਜੀ? ਨੈਕਸਟ ਆ ਗਈ ਜੀ ਇਹ ਸ਼ਾਮਲੀ ਬੈਂਗਣੀ, ਸੈਮੀਨਸ ਕੰਪਨੀ ਦੀ। ਅੱਛਾ ਜੀ, ਫਿਰ ਆ ਗਿਆ ਮੈਕੋ ਦਾ ਰਵਈਆ ਚੂਚੂ। ਅੱਛਾ, ਚੂਚੂ ਬੈਂਗਣ ਜਿਹਨੂੰ ਕਹਿੰਦੇ ਹਾਂ ਜੀ। ਆਹ ਦੇਖੋ ਜੀ, ਆਹ ਚੂਚੂ ਬੈਂਗਣ ਦੀ ਪਨੀਰੀ ਹੈ, ਕਰੋ ਚੈੱਕ ਜੀ। ਤੇ ਆ ਵੀ ਉਹੀ ਹੈ ਜੀ? ਹਾਂਜੀ, ਇਹ ਸੇਮ ਹੈ ਜੀ, ਇੱਕ ਬੈਂਗਣ। ਅੱਛਾ, ਚੂਚੂ ਬੈਂਗਣ ਦੀ। ਫਿਰ ਆ ਗਿਆ ਜੀ ਆਪਣਾ ਗੋਲ ਬੈਂਗਣ, ਨੀਸ਼ਾ ਬੈਂਗਣ। ਲੱਗਦੀ ਹੈ ਸੇਮ ਹੀ ਨੇ ਵੀਰੇ ਪਨੀਰੀਆਂ ਵੇਖਣ 'ਚ, ਆਹ ਗੋਲ ਬੈਂਗਣ ਦੀ ਪਨੀਰੀ ਹੈ ਜੀ। ਹਾਂਜੀ, ਬੈਂਗਣਾਂ ਦੀ ਪਨੀਰੀ ਦਾ ਫਿਰ ਆਈ ਹੁੰਦਾ ਹੁੰਦਾ, ਪੱਤਾ ਸੇਮ ਹੀ ਹੁੰਦਾ ਹੁੰਦਾ, ਪੱਤਾ ਸੇਮ ਹੈ, ਫਲ ਅਲੱਗ ਅਲੱਗ ਵੇਖ ਲਓ ਜੀ। ਇੱਕ ਲੰਬੀ ਬੈਂਗਣ ਹੁੰਦੀ ਹੈ, ਇੱਕ ਚੂਚੂ, ਤੇ ਇੱਕ ਜਿਹੜਾ ਆਪਾਂ ਭੜਥਾ ਬਣਾਉਂਦੇ ਹਾਂ ਜੀ। ਆਲ ਵਰਾਈਟੀਆਂ ਨੇ ਸਾਡੇ ਕੋਲ ਬੈਂਗਣ ਦੇ ਵਿੱਚ। ਤੇ ਆਹ ਵਿਰਲੀ ਜੀ ਕਾਹਦੀ ਵਰਾਈਟੀ ਵੀਰੇ? ਇਹ ਵੀ ਵੀਰ ਜੀ ਬੈਂਗਣ ਦੀ ਵਰਾਈਟੀ ਹੈ। ਅੱਛਾ ਅੱਛਾ ਜੀ, ਇਹ ਹੋਰ ਕੰਪਨੀ ਦਾ? ਹਾਂਜੀ, ਇਹ ਹੈਗਾ ਇੱਕ ਮਤਲਬ ਕਿ ਨੀਲੇ ਰੰਗ ਦਾ ਬੈਂਗਣ ਹੁੰਦਾ, ਸਿਰ ਦੇ ਵਾਲਾਂ ਵਾਂਗ ਫਲ ਆਊਗਾ। ਅੱਛਾ ਜੀ, ਸ਼ੀਸ਼ੇ ਵਰਗੀ ਇਹਦੀ ਚਮਕ ਹੋਊਗੀ। ਅੱਛਾ, ਇਹਦੀ ਪਨੀਰੀ ਵੇਚੋਗੇ ਫਿਰ ਤੁਸੀਂ? ਹਾਂਜੀ ਹਾਂਜੀ, ਇਹਦੀ ਪਨੀਰੀ ਕਦੋਂ ਤੱਕ ਲੈ ਲੈਣ ਜੇ ਕਿਸੇ ਨੇ ਲੈਣੀ ਹੋਵੇ ਤਾਂ? 12 ਮਹੀਨੇ 30 ਦਿਨ ਪਨੀਰੀ ਮਿਲਦੀ ਹੈ ਸਾਡੇ ਕੋਲ। ਅੱਛਾ ਅੱਛਾ, ਇਹ ਚੱਲਦਾ ਵੀ 12 ਮਹੀਨੇ 30 ਦਿਨ ਹੈ ਜੀ? ਹਾਂਜੀ, ਚੱਲਦਾ ਜੀ। ਠੀਕ ਹੈ ਜੀ, ਤੇ ਅੱਗੇ ਉਹ ਕਾਹਦੀ ਪਨੀਰੀ ਹੈ ਜੀ ਜਿਹੜੀ ਸਾਹਮਣੇ? ਇਹ ਫਿਰ ਆ ਗਈ ਗੋਭੀ ਦੀ ਪਨੀਰੀ ਜੀ। ਅੱਛਾ ਜੀ, ਗੋਭੀ ਦੀ ਪਨੀਰੀ ਸਾਡੇ ਕੋਲੇ 12 ਮਹੀਨੇ 30 ਦਿਨ ਚੱਲਦੀ ਰਹਿੰਦੀ ਹੈ ਸਾਡੇ ਕੋਲ ਵਰਾਇਟੀ ਦੇ ਹਿਸਾਬ ਨਾਲ। ਹਾਂਜੀ ਹਾਂਜੀ, ਇਹ ਫੁੱਲ ਗੋਭੀ ਦੀ ਪਨੀਰੀ ਹੈ ਜੀ, ਇਹ 12 ਮਹੀਨੇ 30 ਦਿਨ ਬਾਈ ਕਹਿੰਦਾ ਜਦੋਂ ਮਰਜ਼ੀ ਲੈ ਲਓ। ਮਤਲਬ ਅੱਜ ਕੱਲ੍ਹ ਤੁਹਾਨੂੰ ਦੱਸਿਆ ਸੀ ਨਾ ਵੀ ਹਰੇਕ ਵਰਾਇਟੀ ਆ, ਕਿਸੇ ਮਹੀਨੇ ਵੀ ਤਕਰੀਬਨ ਆਪਾਂ ਲੈ ਸਕਦੇ ਹਾਂ ਜੀ, ਕੋਈ ਵੀ ਸਬਜ਼ੀਆਂ ਨੇ ਜਾਂ ਫਲ ਨੇ। ਹੁਣ ਤੇ ਸਦਾ ਬਾਰੀ ਹੁੰਦੀ ਜਾਂਦੀ ਹੈ ਜੀ ਖੇਤੀ ਵਾਲੀਆਂ, ਜਿਹੜੀਆਂ ਵੀ ਆਈਟਮਾਂ ਨੇ, ਸਬਜ਼ੀਆਂ ਹੋ ਗਈਆਂ, ਫਲ ਹੋ ਗਈਆਂ, ਤੇ ਫੁੱਲ ਵੀ ਹੁਣ ਸਦਾ ਬਹਾਰਾਂ ਵਾਲੇ ਆ ਗਏ ਨੇ ਜੀ। ਤੇ ਜਿਵੇਂ ਜਿਵੇਂ ਗ੍ਰਾਫਟਿੰਗ ਹੁੰਦੀ ਜਾਂਦੀ, ਅੱਗੇ ਤੇ ਅੱਗੇ ਟੈਕਨੋਲੋਜੀ ਆਈ ਜਾਂਦੀ ਹੈ। ਲਓ ਜੀ, ਇਹ ਹੈਗੀ ਹੈ, ਚੈੱਕ ਕਰੋ ਤੁਸੀਂ, ਮਿਰਚਾਂ ਦੀ ਪਨੀਰੀ, ਹਰੀ ਮਿਰਚ ਜਿਹੜੀ ਕੌੜੀ ਹੁੰਦੀ ਉਹਦੀ ਪਨੀਰੀ ਹੈ ਜੀ, ਤੇ ਸਿਰੇ ਤੱਕ ਬਾਈ ਨੇ ਲਾਈ ਹੋਈ ਹੈ ਜੀ। ਅੱਜ 6-7 ਪੱਟੜੀਆਂ ਨੇ ਜੀ। ਹਾਂਜੀ, ਅੱਜ ਦੀ ਡੇਟ ਹੈਗੀ ਆ ਆਪਣਾ, ਅੱਜ 4 ਹੋ ਗਈ, 4 ਤਰੀਕ, 5ਵਾਂ ਮਹੀਨਾ 2024। ਹਾਂਜੀ, ਇਹ ਹੁਣ ਦੀ ਲੇਟ ਵੈਰਾਈਟੀਆਂ ਨੇ ਜੀ, ਵੈਰਾਈਟੀ ਜਿਹੜੀ ਹੁਣ ਲੱਗਣੀ ਆ। ਅੱਛਾ ਅੱਛਾ ਜੀ, ਹਾਂਜੀ। ਤੇ ਇਹ ਫਿਰ ਕਿੰਨੇ ਚਿਰ ਤੱਕ ਜਿਹੜਾ ਫਲ ਦੇਣ ਲੱਗੇ, 2 ਮਹੀਨੇ ਤੱਕ ਫਲ ਦੇ? ਹੁਣ ਤਾਂ ਜਿਹੜਾ ਹੁਣ ਜਿਹੜਾ ਮਿਰਚ ਦਾ ਬੂਟਾ ਲੱਗੂਗਾ ਜੀ, ਤਕਰੀਬਨ 50 ਦਿਨਾਂ ਵਿੱਚ ਫਲ ਟੁੱਟਣ ਲੱਗ ਜਾਂਦਾ, 55 ਦਿਨਾਂ ਦੀ। ਤੇ ਹੁਣ ਅਵੇਲੇਬਲ ਹੈ ਤੁਹਾਡੇ ਤੋਂ, ਮਤਲਬ ਦੇ ਰਹੇ ਹੋ, ਮਤਲਬ ਇਹਦੀ ਪਨੀਰੀ ਜੇ ਕਿਸੇ ਨੇ ਖਰੀਦਣੀ ਹੋਵੇ? ਹਾਂਜੀ ਹਾਂਜੀ, ਸਾਡੇ ਕੋਲ ਅਵੇਲੇਬਲ ਹੈ। ਠੀਕ ਹੈ ਜੀ, ਲਓ ਜੀ, ਪਨੀਰੀ ਇੱਥੇ ਅਵੇਲੇਬਲ ਹੈ, ਜੇ ਕਿਸੇ ਨੇ ਲੈਣੀ ਹੋਵੇ ਤੇ ਵੀਰ ਭਰਾ ਆ ਸਕਦਾ ਹੈ ਜੀ। ਤੇ ਬਾਬਾ ਬੀਜ ਸਟੋਰ, ਵੀਰੇ ਆਪਣਾ ਐਡਰੈਸ ਦੱਸੋ ਜੀ ਇੱਕ ਵਾਰੀ। ਹਾਂਜੀ, ਆਪਣਾ ਹੈਗਾ ਜੀ ਬਾਬਾ ਬੀਜ ਸਟੋਰ, ਬਾਬਾ ਬੀਜ ਸਟੋਰ, ਹਾਂਜੀ, ਰੋਡ ਦੇਵੀਗੜ੍ਹ ਰੋਡ
ਚੀਕਾ ਰੋਡ ਕੈਂਚੀਆਂ ਸੜਕਾਂ ਹਾਂਜੀ ਜੌੜੀਆਂ ਸੜਕਾਂ ਜੌੜੀਆਂ ਸੜਕਾਂ ਜੌੜੀਆਂ ਸੜਕਾਂ ਤੇ ਆ ਜੀ ਇਹ ਜਦੋਂ ਪਟਿਆਲੇ ਤੋਂ ਆਪਾਂ ਦੇਵੀਗੜ੍ਹ ਨੂੰ ਜਾਂਦੇ ਹਾਂ ਜੀ ਤੇ ਰਸਤੇ ਦੇ ਵਿੱਚ ਜੌੜੀਆਂ ਸੜਕਾਂ ਆਉਂਦੀਆਂ ਜੌੜੀਆਂ ਸੜਕਾਂ ਤੋਂ ਜਿਹੜਾ ਰੋਡ ਚੀਕਿਆ ਜਾਂਦਾ ਜੀ ਉਹ ਰੋਡ ਤੇ ਚੜ੍ਹਦਿਆਂ ਸਾਰ 100 ਮੀਟਰ ਅੱਗੇ ਜਾ ਕੇ ਆ ਜੀ ਤੇ ਇਹਨਾਂ ਦੀ ਜਿਹੜੀ ਆ ਨਰਸਰੀ ਆ ਇੱਥੋਂ ਤੁਸੀਂ ਜਿਹੜੀਆਂ ਪਨੀਰੀਆਂ ਖਰੀਦ ਸਕਦੇ ਹੋ ਤੇ ਵਰਾਇਟੀਆਂ ਅਜੇ ਹੋਰ ਵੀ ਵੇਖਣ ਵਾਲੀਆਂ ਨੇ ਐਡਰੈਸ ਤੁਹਾਨੂੰ ਵੈਸੇ ਦੱਸਿਆ ਤੇ ਆਪਾਂ ਕੈਪਸ਼ਨ ਦੇ ਵਿੱਚ ਵੀ ਮੈਂਸ਼ਨ ਕਰਾਂਗੇ ਤੇ ਬਾਕੀ ਅੱਗੇ ਹੋਰ ਵਰਾਇਟੀਆਂ ਵੀ ਹੈਗੀਆਂ ਦਿਖਾਉਂਦੇ ਹਾਂ ਜੀ ਹਾਂਜੀ ਵੀਰ ਜੀ ਸਾਡੇ ਕੋਲ ਜਿਵੇਂ ਖੀਰਾ ਹੋ ਗਿਆ ਕੱਕੜੀ ਹੋ ਗਈ ਕਰੇਲਾ ਹੋ ਗਿਆ ਕਰੇਲੀ ਹੋ ਗਈ ਲੰਬਾ ਘੀਆ ਗੋਲ ਕੱਦੂ ਪੇਠਾ ਚੱਪਣ ਕੱਦੂ ਟਿੰਡਾ ਹਾਂਜੀ ਇਹ ਸਬਜ਼ੀਆਂ ਸਾਰੀਆਂ ਵਰਾਇਟੀਆਂ ਦੀਆਂ ਵੇਲਾਂ ਵੀ ਅਵੇਲੇਬਲ ਮਿਲਦੀਆਂ ਨੇ ਤੇ ਬਾਈ ਨੇ ਮੈਨੂੰ ਦਿਖਾਇਆ ਜੀ ਬੀਜ ਜਿਹੜੀ ਜਰਮੀਨੇਸ਼ਨ ਹੁੰਦੀ ਪਈ ਹੈ ਕਰੇਲੇ ਤੋਰੀਆਂ ਹਨਾ ਜੀ ਹਾਂਜੀ ਘੀਆ ਹੋ ਗਿਆ ਤੇ ਤਰ੍ਹਾਂ ਖੀਰੇ ਸਾਰੀਆਂ ਜਿਹੜੀਆਂ ਵੇਖੋ ਇਹਨਾਂ ਨੇ ਆਹ ਦੇਖੋ ਪਟੜੀਆਂ ਬਣਾਈਆਂ ਹੋਈਆਂ ਵਿੱਚ ਜਿਹੜੇ ਪੋਲੀਥਿਨ ਵਾਲੇ ਬੈਗ ਇਹਨਾਂ ਦੇ ਵਿੱਚ ਤਿਆਰ ਕੀਤੀਆਂ ਹੋਈਆਂ ਦੇਖੋ ਜੀ ਤੇ ਇਹ ਵੀ ਕਿਸੇ ਨੇ ਖਰੀਦੀਆਂ ਹੁਣ ਹਫਤੇ 10 ਦਿਨ ਤੱਕ ਆ ਸਕਦੇ ਜਦੋਂ ਥੋੜਾ ਜਿਹਾ ਵੱਡੀ ਹੋ ਗਿਆ ਹਾਂਜੀ ਹਾਂਜੀ ਹਫਤੇ 10 ਦਿਨ ਤੱਕ ਆ ਜਾਓ ਬਾਕੀ ਪ੍ਰਾਈਸ ਵੀਰ ਇਹਨਾਂ ਦਾ ਕੀ ਰਹਿੰਦਾ ਨੋਰਮਲ ਨੋਰਮਲ ਜੀ 10 ਰੁਪਏ ਪ੍ਰਾਈਸ ਰਹਿੰਦਾ ਹੈ ਅੱਛਾ 10 ਰੁਪਏ ਇੱਕ ਹਾਂਜੀ ਦੇਖੋ ਜੀ ਪ੍ਰਾਈਸ ਬਿਲਕੁਲ ਜਿਹੜਾ ਜਿਵੇਂ ਜਿਹੜੀ ਕਰੇਲੇ ਕਰੂਲੇ ਦੀ ਹੁੰਦੀ ਆ ਉਹ ਥੋੜਾ ਬੀਜ ਦੇ ਮੁਤਾਬਕ ਕੋਈ ਰੇਟ ਵੱਧ ਵੀ ਹੁੰਦਾ ਬਿਲਕੁਲ ਜਿਵੇਂ ਕਰੇਲੇ ਦਾ ਬੀਜ ਮਹਿੰਗਾ ਜੀ ਤੇ ਉਹਦਾ ਫਿਰ 2-4 ਰੁਪਏ 5 ਰੁਪਏ ਮਹਿੰਗੀ ਹੋਏਗੀ ਜੀ ਸੋ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਜੀ ਜੇ ਆਪਾਂ ਨੂੰ ਸ਼ੌਂਕ ਹੈ ਆਰਗੈਨਿਕ ਚੀਜ਼ਾਂ ਤਿਆਰ ਕਰਨ ਦਾ ਤੇ ਆਪਾਂ ਇੱਥੋਂ ਜਿਹੜੀਆਂ ਵੇਲਾਂ ਵੀ ਲਿਜਾ ਸਕਦੇ ਹਾਂ ਵੱਲਾਂ ਵੀ ਲਿਜਾ ਸਕਦੇ ਹਾਂ ਤੇ ਹੋਰ ਵੈਰਾਈਟੀ ਅੱਗੇ ਵੀਰੇ ਹੋਰ ਦਿਖਾ ਦਿਓ ਜੀ ਕੁਝ ਹੋਰ ਜੀ ਆਪਣੇ ਕੋਲੇ ਪਪੀਤਾ ਮਿਲ ਜੂਗਾ ਰੈੱਡ ਲੇਡੀ ਵੈਰਾਈਟੀ ਲਓ ਜੀ ਦੇਖੋ ਅੱਗੇ ਫਰੂਟ ਆ ਗਿਆ ਜੀ ਪਪੀਤਾ ਆ ਗਿਆ ਜੀ ਇਹ ਕਿਹੜੀ ਵੈਰਾਈਟੀ ਹੈ ਜੀ ਇਹ ਰੈੱਡ ਲੇਡੀ ਵੈਰਾਈਟੀ ਹੈ ਵੀਰ ਜੀ ਅੱਛਾ ਜੀ ਨੋਨੀਓ ਕੰਪਨੀ ਦੀ ਆਉਂਦੀ ਹੈ ਸਭ ਤੋਂ ਟੌਪ ਦੀ ਵੈਰਾਈਟੀ ਹੈ ਪਪੀਤੇ ਦੇ ਵਿੱਚ ਅੱਛਾ ਅੱਛਾ ਜੀ ਤੇ ਸਾਡੇ ਕੋਲੇ ਅੰਗੂਰਾਂ ਦੀ ਵੇਲ ਮਿਲ ਜੂਗੀ ਸੀਡਲੈਸ ਲੰਬੇ ਅੰਗੂਰਾਂ ਦੀ ਵੇਲ ਅੱਛਾ ਜੀ ਜਿਹੜੇ ਮਾਰਕੀਟ 'ਚ ਆ ਰਹੇ ਨੇ ਅੱਛਾ ਜੀ ਕਿੱਥੇ ਆ ਉਹਦੀ ਵੇਲ ਅੱਗੇ ਪਈ ਹੈ ਵੀਰ ਜੀ ਫਲਾਂ ਦੇ ਦੇਖੋ ਜੀ ਸਾਰੇ ਤੁਸੀਂ ਅੱਗੇ ਫੁੱਲ ਆ ਗਏ ਤੇ ਫੁੱਲਾਂ ਦੀਆਂ ਵੈਰਾਈਟੀਆਂ ਤੇ ਤੁਹਾਨੂੰ ਪਤਾ ਹੀ ਹੈ ਜੀ ਮੈਂ ਪਹਿਲਾਂ ਵੀ ਕਾਫੀ ਵਿਖਾ ਚੁੱਕਾ ਜੀ ਆ ਪੁਦੀਨਾ ਆ ਗਿਆ ਜੀ ਪੁਦੀਨਾ ਕਿਸੇ ਨੇ ਲੈਣਾ ਹੋਵੇ ਚੱਲਿਆ ਚਲਾਇਆ ਹਾਂਜੀ ਤੇ ਅੱਗੇ ਹੁਣ ਆਪਾਂ ਦਿਖਾਉਂਦੇ ਆ ਜੀ ਤੁਹਾਨੂੰ ਇਸ ਤਰ੍ਹਾਂ ਬੈਂਗਣਾ ਦੇ ਬੂਟੇ ਆ ਬੈਂਗਣ ਆ ਗਏ ਜੀ ਕਿਸੇ ਨੇ ਗਮਲੇ ਚਲਾਉਣਾ ਹੋਵੇ ਪੋਲੀ ਬੈਗ ਚਲਾਉਣਾ ਹੋਵੇ ਜੀ ਹਾਂਜੀ ਹਾਂਜੀ ਹਾਈਬ੍ਰਿਡ ਟੌਪ ਵੈਰਾਈਟੀ ਠੀਕ ਹੈ ਜੀ ਸਾਰੀਆਂ ਤਿਆਰ ਮਿਲਦੀਆਂ ਨੇ ਆਹ ਕਿਹੜੀ ਵੈਰਾਈਟੀ ਵੀਰੇ ਆਹ ਕੀ ਹੈ ਇਹ ਹਰੀ ਮਿਰਚ ਆ ਗਈ ਵੀਰ ਜੀ ਅੱਛਾ ਫਿਰ ਹਰੀ ਮਿਰਚ ਆ ਗਈ ਇਹ ਵੀ ਤੁਹਾਨੂੰ ਮੈਂ ਚੱਕ ਕੇ ਦਿਖਾਉਣਾ ਇਹ ਹਰੀ ਮਿਰਚ ਜੀ ਆ ਦੇਖੋ ਫਲ ਦੇਣ ਲੱਗ ਗਈ ਆ ਅੱਛਾ ਜੀ ਹਾਂ ਹਾਂਜੀ ਲਿਫਾਫੇ ਦੇ ਵਿੱਚ ਟੌਪ ਦੀ ਵੈਰਾਈਟੀ ਲਿਫਾਫੇ ਜੀ ਦੇਖੋ ਜੀ ਫਲ ਦੇ ਰਹੀ ਹੈ ਫੁੱਲ ਆਇਆ ਹੋਇਆ ਇਹਨੂੰ ਆ ਦੇਖੋ ਜੀ ਫੁੱਲ ਵੀ ਆਇਆ ਹੋਇਆ ਤੇ ਵੀਰੇ ਕਿਹੜੀ ਵੈਰਾਈਟੀ ਆਪਾਂ ਨੂੰ ਤੁਸੀਂ ਵਿਖਾਉਣ ਲੱਗੇ ਸੀਗੇ ਉਧਰੋਂ ਅੰਗੂਰਾਂ ਦੀ ਜੀ ਹਾਂਜੀ ਅੰਗੂਰਾਂ ਦੀ ਅੰਗੂਰ ਦਿਖਾਓ ਆਪਾਂ ਨੂੰ ਪਹਿਲਾਂ ਜੀ ਅੰਗੂਰਾਂ ਦੀਆਂ ਵੇਲਾਂ ਇਹ ਵੀਰੇ ਆਪਾਂ ਮਤਲਬ ਘਰ 'ਚ ਵੀ ਲਗਾ ਸਕਦੇ ਹਾਂ ਕਿ ਖੁੱਲੇ ਖੇਤ ਵਗੈਰਾ ਜਾਂ ਜਿੱਥੇ ਆਪਣਾ ਖੁੱਲਾ ਪਲਾਟ ਉੱਥੇ ਲਗਾ ਸਕਦੇ ਹਾਂ ਜੀ ਅੰਗੂਰਾਂ ਦੀ ਜਿਹੜੀ ਤੁਸੀਂ ਵੇਲਾ ਕਹਿ ਰਹੇ ਹੋ ਅੰਗੂਰਾਂ ਦੀ ਵੇਲ ਨੂੰ ਤਕਰੀਬਨ ਬਸ 2x2 ਦੀ ਜਗ੍ਹਾ ਚਾਹੀਦੀ ਆ ਅੱਛਾ ਜੀ ਚਾਹੇ ਤੁਸੀਂ ਘਰ 'ਚ ਲਾ ਲਓ ਇਹਨੂੰ ਉੱਥੇ ਹੀ ਹੋ ਜੂਗੀ ਠੀਕ ਆਹ ਦੇਖੋ ਜੀ ਅੰਗੂਰਾਂ ਦੀਆਂ ਇਹ ਸਾਡੇ ਕੋਲੇ ਜੀ ਗੁਲਾਬੀ ਅੰਗੂਰ ਆ ਇਹ ਅੱਛਾ ਗੁਲਾਬੀ ਅੰਗੂਰ ਗੁਲਾਬੀ ਅੰਗੂਰ ਜੀ ਅੱਛਾ ਅੱਛਾ ਜੀ ਇਹਦਾ ਇੰਨਾ ਕੁ ਸਾਈਜ਼ ਗੋਲ ਹੁੰਦਾ ਆ ਅੱਛਾ ਜੀ ਸੀਡ ਦੇ ਵਿੱਚ ਟਾਮਾ ਟੱਲਾ ਹੁੰਦਾ ਆ ਅੱਛਾ ਜੀ ਖਾਣ ਦੇ ਵਿੱਚ ਮਿੱਠਾ ਪੂਰਾ ਅੱਛਾ ਜੀ ਸਾਡੇ ਘਰ ਵੀ ਲੱਗੀ ਹੈ ਵੇਲ ਮਤਲਬ ਜਿਹੜਾ ਬੰਦੇ ਨੇ ਕਿਸੇ ਨੇ ਲਾਲੀ ਯਾਦ ਕਰੂਗਾ ਵੈਰਾਈਟੀ ਲਾਈ ਹੋਈ ਵੀ ਹਾਂ ਵੀ ਵਾਕਈ ਕੋਈ ਲਾਈ ਹੋਈ ਹੈ ਕਿੰਨੇ ਚਿਰ ਚ ਤਿਆਰ ਹੋ ਜਾਂਦਾ ਜੀ 2 ਸਾਲ ਦੇ ਵਿੱਚ ਵਧੀਆ ਤਿਆਰ ਹੋ ਜਾਂਦੀ ਹੈ ਵੇਲ ਅੱਛਾ 2 ਸਾਲ ਲੱਗਦੇ ਜੀ ਹਾਂਜੀ ਲਓ ਜੀ 2 ਸਾਲ ਦੇ ਵਿੱਚ ਕਹਿੰਦੇ ਅੰਗੂਰ ਅੰਗੂਰ ਹੋ ਜਾਣਗੇ ਤੇ ਗੁਲਾਬੀ ਰੰਗ ਦੇ ਕਿਹਾ ਬਾਈ ਗੱਲ ਗੁਲਾਬੀ ਰੰਗ ਦੇ ਅੰਗੂਰ ਜੀ ਜਿਹੜਾ ਆਂਦਾ ਲਾਉਂਗਾ ਆਪਣੇ ਕੋਲ ਜਿਹੜੇ ਨਾਰਮਲ ਹਰੇ ਅੰਗੂਰ ਹੁੰਦੇ ਨੇ ਉਹਨਾਂ ਦੀਆਂ ਵੇਲਾਂ ਵੀ ਮਿਲ ਜਾਂਦੀਆਂ ਹਰੇ ਅੰਗੂਰ ਕਾਲੇ ਮਿਲ ਜਾਂਦੀਆਂ ਨੇ ਪਰ ਉਹ ਹਰੇ ਦੇ ਵਿੱਚ ਸਾਡੇ ਕੋਲ ਵੈਰਾਈਟੀ ਹੈ ਇੱਕ ਲੰਬੇ ਦੇ ਵਿੱਚ ਬਾਹਰਲੀ ਵੈਰਾਈਟੀ ਅੱਛਾ ਅੱਛਾ ਜੀ ਉਹ ਲਾਉਣ ਦਾ ਫਾਇਦਾ ਹੈ ਜੀ ਅੱਛਾ ਅੱਛਾ ਜੀ ਆਮ ਦੇਸੀ ਲਾਉਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਦੇਖੋ ਬਾਈ ਕੋਲ ਵਧੀਆ ਵਧੀਆ ਵੈਰਾਈਟੀਆਂ ਨੇ ਜੀ ਤੇ ਬਹੁਤ ਦੂਰ ਤੱਕ ਆ ਤੁਹਾਨੂੰ ਪਹਿਲਾਂ ਵੀ ਵਿਖਾਇਆ ਮੈਂ ਦੇਖੋ ਜੀ ਕਾਫੀ ਦੂਰ ਤੱਕ ਇਹਨਾਂ ਦਾ ਜਿਹੜਾ ਖੇਤ ਹੈ ਜੀ ਉਹ ਫੈਲਿਆ ਹੋਇਆ ਤੇ ਇੱਧਰ ਫਿਰ ਮਿਰਚਾਂ ਦੀ ਵੈਰਾਈਟੀ ਆ ਗਈ ਜੀ ਤੇ ਫੁੱਲ ਵਗੈਰਾ ਵੀ ਇਹਨਾਂ ਕੋਲ ਹੈਗੇ ਨੇ ਮਤਲਬ ਸਾਰੀਆਂ ਵੈਰਾਈਟੀਆਂ ਫੁੱਲਾਂ ਦੀਆਂ ਵੈਰਾਈਟੀਆਂ ਇਹਨਾਂ ਨੇ ਰੱਖੀਆਂ ਨੇ ਪਰ ਬਹੁਤ ਸਿਲੈਕਟਡ ਜੀਆਂ ਲਓ ਵੀਰ ਜੀ ਦਿਖਾਓ ਆਪਾਂ ਨੂੰ ਤੁਸੀਂ ਜਿਹੜੇ ਜਿਹੜੇ ਦਿਖਾਉਣੇ ਨੇ ਜੀ ਫਲਾਂ ਦੇ ਬੂਟੇ ਹਾਂਜੀ ਜਿਵੇਂ ਆ ਗਿਆ ਜੀ 12 ਮਾਸੀ ਅੰਬ ਜੀ ਅੱਛਾ ਅੰਬ ਜੀ
ਇਹ ਕਿੰਨੇ ਚਿਰ ਦਾ ਜਿਹੜਾ ਏਡਾ ਵੱਡਾ ਹੋਇਆ ਪਿਆ ਜੀ ਗਮਲੇ ਦੇ ਵਿੱਚ? ਇਹ ਜਿਹੜਾ ਥੈਲੀ ਚ ਲੱਗਿਆ ਬਾਹਰੋਂ ਤਿਆਰ ਹੋ ਕੇ ਆਇਆ ਹੋਇਆ ਇਹ। ਅੱਛਾ ਜੀ, ਤਕਰੀਬਨ 2 ਸਾਲ ਦਾ ਬੂਟਾ ਇਹ ਹੁੰਦਾ ਆ। ਅੱਛਾ ਜੀ, ਪਿਉਂਦ ਕੀਤਾ ਹੁੰਦਾ ਆ ਇਹ, ਤਾਂ ਇੰਨਾ ਵੱਡਾ ਆ। ਅੱਛਾ ਜੀ, 5 ਪਿਉਂਦ ਦਾ ਪਿਆ ਜੀ। ਠੀਕ ਹੈ ਜੀ, ਅੱਗੇ ਹੋਰ ਜੀ? ਹੋਰ ਜੀ ਪਾਕਿਸਤਾਨੀ ਨਿੰਬੂ ਮਿਲ ਜੂਗਾ ਜੀ। ਅੱਛਾ, ਇਹਨੂੰ ਕਿੰਨੇ ਚਿਰ ਚ ਲੱਗਣੇ ਸ਼ੁਰੂ ਹੁੰਦੇ ਵੀਰੇ ਨਿੰਬੂ? ਪਾਕਿਸਤਾਨੀ ਨਿੰਬੂ ਫਲ ਦਿੰਦਾ ਹੀ ਰਹਿੰਦਾ ਹੁੰਦਾ, ਦੇਖੋ ਹੁਣ ਵੀ ਇਹਨੂੰ ਫੁੱਲ ਆ ਰਿਹਾ ਜੀ। ਹਾਂ ਜੀ, ਦੇਖੋ ਫੁੱਲ ਆਏ ਹੋਏ ਨੇ। ਹਾਂਜੀ ਹਾਂਜੀ, ਤੇ ਉਸ ਤੋਂ ਬਾਅਦ ਹੋਰ ਅਮਰਪਾਲੀ ਅੰਬ ਆ ਗਿਆ ਜੀ। ਅੱਛਾ, ਇਹ ਕਦੋਂ ਤਿਆਰ ਹੁੰਦਾ ਜੀ? ਇਹ ਜੀ ਇਹ ਹੁਣ ਆਪਣੇ ਜਿਹੜਾ ਸੀਜ਼ਨ ਹੈ ਇਹਦਾ ਹੁਣ ਚੱਲ ਰਿਹਾ, ਹੁਣ ਫਲ ਬੈਠਿਆ ਹੋਇਆ ਇਹਦਾ। ਅੱਛਾ ਜੀ, ਹੁਣ 5ਵਾਂ ਮਹੀਨਾ ਆ। ਅੱਛਾ ਜੀ, 6ਵੇਂ 7ਵੇਂ ਮਹੀਨੇ ਦੇ ਵਿੱਚ ਫਰੂਟ ਵੱਡਾ ਹੋ ਜਾਣਾ ਆ। ਅੱਛਾ ਜੀ, ਹਾਂਜੀ ਠੀਕ ਹੈ ਜੀ। ਫਿਰ ਕਟਹਰ ਆ ਗਿਆ ਜੀ, ਚੀਕੂ ਆ ਗਿਆ, ਕਲਕੱਤਾ ਨਿੰਬੂ ਆ ਗਿਆ ਜੀ। ਦੇਖੋ ਜੀ ਕਲਕੱਤਾ ਨਿੰਬੂ ਦੀਆਂ ਵੈਰਾਈਟੀਆਂ ਤੇ ਨਿੰਬੂ ਦੀਆਂ 2-3 ਵੈਰਾਈਟੀਆਂ ਨੇ, ਅੰਬ ਵੀ 2 ਤਰ੍ਹਾਂ ਦਾ। ਆ ਦੇਖੋ ਜੀ ਕਲਕੱਤਾ ਨਿੰਬੂ ਹੈ ਜੀ। ਅੱਛਾ ਜੀ, ਹਾਂ ਦੇਖੋ ਬਿਲਕੁਲ ਛੋਟਾ ਜਿਹਾ ਤੇ ਲੱਗਾ ਵੀ ਪਿਆ ਜੀ। ਦੇਖੋ ਜੇ ਆਪਾਂ ਨੇ ਘਰ ਦੇ ਵਿੱਚ ਨਿੰਬੂ ਖਤਮ ਨਹੀਂ ਕਰਨਾ ਹੈਗਾ। ਅੱਛਾ ਜੀ, ਵੀ ਆਪਣੇ ਘਰ ਦੇ ਵਿੱਚ ਨਿੰਬੂ ਚੱਲਦਾ ਰਹੇ। ਹਾਂ, ਹਰ ਸਿਆ ਇੱਕ ਬੂਟਾ ਲਾਓ ਤੁਸੀਂ ਪਾਕਿਸਤਾਨੀ ਨਿੰਬੂ ਦਾ, ਇੱਕ ਬੂਟਾ ਲਾਓ ਤੁਸੀਂ ਕਲਕੱਤਾ ਨਿੰਬੂ ਕਾਗਜੀ। ਅੱਛਾ ਜੀ, ਤੁਹਾਡੇ ਨਿੰਬੂ ਨਹੀਂ ਖਤਮ ਹੋਏਗਾ ਘਰ 'ਚ। ਠੀਕ ਹੈ ਜੀ, ਤੇ ਇੱਧਰ ਅਮਰੂਦ ਦੀ ਵੈਰਾਈਟੀ ਵੀ ਵੀਰੇ ਹੈਗੀ ਹੈ? ਅਮਰੂਦ ਦੀ ਵੈਰਾਈਟੀਆਂ ਸਾਡੇ ਕੋਲ 3-4 ਵੈਰਾਈਟੀਆਂ ਨੇ। ਅੱਛਾ ਜੀ, ਇੱਕ ਤਾਂ ਹਾਈ ਐਪਲ ਅਮਰੂਦ ਹੈ। ਅੱਛਾ ਜੀ, ਉਹ ਕਿਵੇਂ? ਹਾਈ ਐਪਲ ਹੁੰਦਾ ਹੈ ਜੀ, ਮਤਲਬ ਕਿ ਉੱਪਰੋਂ ਲਾਲ ਲਾਲ ਜਿਹਾ ਹੋਊਗਾ, ਖਾਣ ਦੇ ਵਿੱਚ ਮਿੱਠਾ ਹੋਊਗਾ, ਜ਼ਿਆਦਾ ਵੱਡਾ ਸਾਈਜ਼ ਨਹੀਂ ਹੋਊਗਾ, ਸਾਈਜ਼ ਅਮਰੂਦ ਹੋਊਗਾ। ਅੱਛਾ, ਨਾਰਮਲ ਸਾਈਜ਼। ਹਾਂਜੀ, ਬਹੁਤ ਅੱਛੀ ਵੈਰਾਈਟੀ ਹੈ। ਠੀਕ ਹੈ ਜੀ, ਲਾਹ ਕਿੱਥੇ ਜੀ? ਹਾਂਜੀ, ਲੈ ਦੇਖ ਕੇ ਉੱਪਰੋਂ ਲਓ ਜੀ, ਦੇਖਦੇ ਹਾਂ ਜੀ। ਆ ਦੇਖੋ ਜੀ, ਇਹ ਥਾਈ ਐਪਲ ਅਮਰੂਦ ਹੈ ਜੀ। ਅੱਛਾ ਜੀ, ਆ ਫਲ ਵੀ ਲੱਗਿਆ ਹੋਇਆ। ਕਿੰਨੇ ਚਿਰ ਚ ਹੋਇਆ ਜੀ ਤਿਆਰ? ਫਲ ਲੱਗਾ ਹੋਇਆ ਦਿਖਾਇਆ ਵੀ ਬੜਾ। ਹਾਂਜੀ, ਆ ਦੱਸੋ ਜੀ, ਫਲ ਵੈਸੇ ਆਉਂਦਾ ਹੀ ਰਹਿੰਦਾ, ਇਹਨਾਂ ਨੂੰ ਚੱਲਦਾ ਹੀ ਰਹਿੰਦਾ ਹੁੰਦਾ। ਅੱਛਾ ਜੀ, 2 ਸਾਲ ਚ ਬੂਟਾ ਵਧੀਆ ਤਿਆਰ ਹੋ ਜਾਂਦਾ ਜੀ, ਆਪਾਂ ਫਲ ਦਾ ਬੂਟਾ ਘਰੇ ਲਾਵਾਂਗੇ ਜੇ। ਕਿੰਨੇ ਚਿਰ ਦਾ ਕਿਹਾ ਤੁਸੀਂ? ਇਹ ਹੁਣ ਹੋ ਗਿਆ ਜੀ ਸਾਲ ਦਾ ਬੂਟਾ ਜੀ। ਅੱਛਾ, ਸਾਲ ਦਾ ਜੀ। ਹਾਂਜੀ ਠੀਕ ਹੈ ਜੀ। ਹਾਂਜੀ, ਅੰਬ ਦੇ ਵਿੱਚ ਵੈਰਾਈਟੀਆਂ ਮਿਲ ਜਾਣਗੀਆਂ, ਅੱਛੀ ਅੱਛੀ ਵੈਰਾਈਟੀਆਂ। ਅੱਛਾ ਅੱਛਾ ਜੀ, ਇਹ ਆਪਣਾ ਬੋਨਥਾਈ ਮੈਂਗੋ ਆ ਗਿਆ। ਅੱਛਾ ਜੀ, ਹਾਂਜੀ, ਇਹ ਪੂਰਾ ਢੀਠ ਬੂਟਾ ਹੈ ਨਾ ਜੀ? ਹਾਂਜੀ, ਪੂਰਾ ਢੀਠ ਬੂਟਾ ਜੀ। ਤੇ ਕਿਵੇਂ ਮਤਲਬ ਕੀ ਪ੍ਰਾਈਸਿੰਗ ਰਹਿੰਦੀ ਹੈ ਇਹਨਾਂ ਦੀ ਰੇਟ ਰੂਟ? ਦੇਖੋ ਜਿਵੇਂ ਇਹ ਜਿਹੜਾ ਬੋਨਥਾਈ ਅੰਬ ਮੈਂਗੋ ਆ, ਇਹ 400 ਰੁਪਏ ਦਾ ਪਲਾਂਟ ਹੈ। ਅੱਛਾ, ਜਿਹੜਾ ਹੁਣ ਤਿਆਰ ਆ ਜੀ? ਹਾਂਜੀ, ਜਿਹੜਾ ਤਿਆਰ ਆ ਜੀ। ਠੀਕ ਹੈ, 400? ਹਾਂਜੀ, ਇਹਦਾ ਬੂਟੇ ਦਾ ਹਾਈਟ ਨਹੀਂ ਜ਼ਿਆਦਾ ਚੱਕੂਗਾ ਇਹ। ਅੱਛਾ ਜੀ, ਮਤਲਬ ਕਿ ਘਰ ਦੇ ਵਿੱਚ ਬੰਦਾ ਲਾ ਸਕਦਾ ਇਹਨੂੰ, ਜਿਹਨੇ ਜਗ੍ਹਾ ਘੱਟ ਹੋਵੇ ਠੀਕ ਹੈ ਉਹ ਲਾ ਸਕਦਾ ਇਹਨੂੰ। ਤੇ ਜਿਹੜਾ ਅੰਬ ਆਪਾਂ ਤੁਸੀਂ ਦਿਖਾਇਆ ਸੀ ਇੱਕ ਤਾਂ ਅਮਰਪਾਲੀ, ਉਹਦਾ ਕੀ ਪ੍ਰਾਈਸ ਦੱਸਿਆ ਸੀਗਾ ਜੀ? ਅਮਰਪਾਲੀ ਅੰਬ ਦਾ ਜਿਹੜਾ ਛੋਟਾ ਬੂਟਾ ਆ ਜੀ, 200 ਰੁਪਈਆਂ ਦਾ ਹੈ ਜੀ। ਅੱਛਾ ਜੀ, ਆਹ ਸਾਇਜ਼ ਦਾ ਜੀ? ਅੱਛਾ ਜੀ, ਤੇ ਉਦੋਂ ਵੱਡੇ ਨੇ ਜਿਹੜਾ ਕੋਈ 450, 500, ਅੱਛਾ ਜੀ 600, ਇੱਥੇ ਤੱਕ ਹੈਗੇ ਨੇ ਸਾਡੇ ਕੋਲੇ। ਬਾਕੀ ਮੌਕੇ ਤੇ ਤੁਸੀਂ ਪ੍ਰਾਈਸ ਕਰ ਲੈਂਦੇ ਹੋਗੇ ਸੈੱਟ? ਹਾਂਜੀ ਹਾਂਜੀ, ਕੋਈ ਜਿਹੜਾ ਹੁੰਦਾ ਮਾਨਤਾ ਬੰਦੇ ਦਾ ਕਰਦਾ ਨਹੀਂ ਕਹਿੰਦਾ ਵੀ, ਬਾਕੀ ਮੌਕੇ ਦੇ ਮਾਨਤਾ ਕਰ ਦਿੰਦੇ ਆ। ਬਾਕੀ ਫੁੱਲਾਂ ਫਲਾਂ ਦੇ ਤੁਹਾਨੂੰ ਪਤਾ 10-10, 20-20 ਰੁਪਏ ਦੀ ਵੈਰਾਈਟੀਆਂ ਮਿਲਦੀਆਂ, ਛੋਟੇ ਜਿਹੜੇ ਹੁੰਦੇ ਨੇ। ਉਸ ਤੋਂ ਵੱਡੇ ਜਿਵੇਂ ਗ੍ਰੀਨ ਲੀਫੀ ਹੁੰਦੇ ਨੇ, ਮਨੀ ਪਲਾਂਟ ਵਗੈਰਾ, ਜਾਂ ਉਸ ਤੋਂ ਕੋਈ ਪਾਮ ਵਗੈਰਾ, ਉਹ ਤੇ ਫਿਰ ਮਹਿੰਗੇ ਹੁੰਦੇ ਨੇ ਜੀ। ਉਹ ਵੀ ਇੱਕ ਵਾਰੀ ਦਿਖਾਉਂਦੇ ਆ ਵੀਰ ਕੋਲ, ਉਹ ਵੀ ਵੈਰਾਈਟੀ ਆਪਾਂ ਉਹ ਦੇਖੀ ਜੀ ਹੁਣ ਆਪਾਂ ਫਲਾਵਰ। ਹਾਂਜੀ ਹਾਂਜੀ, ਠੀਕ ਹੈ ਜੀ, ਚਲੋ। ਵੀਰ ਕਹਿੰਦਾ ਕਿ ਆਪਣੇ ਕੋਲ ਜਿਹੜੀਆਂ ਫੁੱਲਾਂ ਦੀਆਂ ਜਾਂ ਕਹਿ ਲਓ ਗਮਲਿਆਂ ਦੀਆਂ ਵੈਰਾਈਟੀਆਂ ਨੇ, ਇਹ ਹੈ ਆਪਣੇ ਕੋਲ ਥੋੜੀਆਂ ਜੀਆਂ, ਮਤਲਬ ਗਿਣਵਾ ਚੁਣਵਾ ਹੈ, ਤੇ ਹੈ ਟੌਪ ਕਲਾਸ ਸਾਰੀਆਂ, ਤੇ ਦੱਸਣਗੇ ਬਾਈ ਜੀ ਕਿਹੜਾ। ਵੀਰ ਜੀ ਆ ਸਭ ਤੋਂ ਪਹਿਲਾਂ ਦੱਸਿਓ ਜੀ। ਇਹ ਲੱਡੂ ਕਹਿੰਦਾ ਹੈ ਵੀਰ ਜੀ। ਅੱਛਾ ਜੀ, ਜਿਹੜਾ ਆਪਣਾ ਗਰਮੀ ਗਰਮੀ ਚੱਲਦਾ ਹੁੰਦਾ ਹੈ, ਗਰਮੀ ਸਦਾ ਬਾਹਰ ਨਹੀਂ ਹੈਗਾ? ਸਦਾ ਬਾਹਰ ਨਹੀਂ ਹੈਗਾ। ਇਹ ਇਨਡੋਰ ਹੋ ਗਿਆ ਨਾ, ਕਿਉਂਕਿ ਛਾਂ ਦੇ ਥੱਲੇ ਜੀ? ਨਹੀਂ, ਇਹ ਅਸੀਂ ਇਨਡੋਰ ਤਾਂ ਰੱਖਦਾ ਸੀਗਾ ਵੀ ਕਿਰਾਂ ਬੂਟਾ ਜੜ ਗਿਆ ਸੀ, ਫਿਰ ਬਾਹਰ ਕੱਢ ਦੇਣਾ। ਅੱਛਾ, ਆਊਟਡੋਰ ਵੀ ਚੱਲ ਜਾਂਦਾ? ਹਾਂਜੀ। ਕਿੰਨੇ ਦਾ ਰੇਟ, ਕੀ ਰੇਟ ਇਹਦਾ? ਇਹਦਾ 20 ਰੁਪਈਆਂ ਦਾ ਰੇਟ ਹੈ ਜੀ। ਅੱਛਾ, 20 ਰੁਪਏ ਦਾ? ਹਾਂਜੀ ਠੀਕ ਹੈ ਜੀ। ਤੇ ਉਸ ਤੋਂ ਬਾਅਦ ਅੱਗੇ ਆ ਥੋੜਾ ਇਹੀ ਸੇਮ ਹੀ ਹੈ, ਡਾਰਕ ਕਲਰ ਦੇ ਵਿੱਚ ਇਹ ਕਲਰ ਲੱਗ ਆ ਗਿਆ। ਹਾਂਜੀ, ਉਹ ਯੈਲੋ ਆ ਗਿਆ, ਇਹ ਔਰੇਂਜ ਆ ਗਿਆ। ਰੇਟ ਉਹੀ ਹੈ ਜੀ? ਰੇਟ ਉਹੀ ਹੈ ਜੀ। ਬਾਕੀ ਆ ਜਿਹੜੀ ਹੈ ਇਹ ਐਰੋਕੇਰੀਆ ਆ ਗਿਆ ਜੀ। ਅੱਛਾ ਜੀ, ਹਾਂਜੀ, ਇਹਦਾ ਕੀ ਪ੍ਰਾਈਸ ਹੈ ਜੀ? ਐਰੋਕੇਰੀਆ ਜਿਹੜਾ ਇਹ ਵਾਲਾ ਸਾਈਜ਼ ਹੈ, ਇਹ 150 ਰੁਪਈਆਂ ਦਾ ਹੈ ਜੀ। ਅੱਛਾ ਜੀ, ਇਹ 2 ਫੁੱਟ ਦਾ ਹੈਗਾ ਜੀ? ਹਾਂ ਜੀ, ਇਹ 1.5 ਫੁੱਟ ਦਾ ਹੈਗਾ ਹੈ, 1.5-2 ਫੁੱਟ ਦੇ ਵਿੱਚ। ਹਾਂਜੀ, ਕਿੰਨੇ ਦਾ ਕਿਹਾ ਤੁਸੀਂ? 150 ਰੁਪਏ ਦਾ ਜੀ। 150 ਦਾ ਜੀ। ਤੇ ਅੱਗੇ ਆ ਰਬੜ ਪਲਾਂਟ, ਇਹ ਆ ਗਿਆ ਜੀ ਆਪਣਾ
ਸ਼ੋ ਪਲਾਂਟ ਜੀ। ਅੱਛਾ ਜੀ। ਹਾਂਜੀ, ਘਰ ਦੇ ਵਿੱਚ ਗਮਲਿਆਂ 'ਚ ਇਨਡੋਰ ਰੱਖਣ ਵਾਸਤੇ ਸ਼ੋ ਪਲਾਂਟ ਆ ਗਿਆ ਆਪਣੇ ਕੋਲ ਜੀ। ਇਨਡੋਰ ਪਲਾਂਟ, ਹਾਂਜੀ, ਇਨਡੋਰ ਪਲਾਂਟ ਹੋ ਗਏ ਜੀ, ਸਾਰੇ ਅਵੇਲੇਬਲ ਮਿਲ ਜਾਣਗੇ। ਆਊਟਡੋਰ ਵੀ? ਆਊਟਡੋਰ ਵੀ ਮਿਲਣਗੇ। ਠੀਕ ਹੈ ਜੀ। ਇਨਡੋਰ ਬਾਈ ਕਹਿੰਦਾ, ਆਊਟਡੋਰ ਆਪਣੇ ਕੋਲ ਸਾਰੇ ਤਰ੍ਹਾਂ ਦੇ ਪਏ ਨੇ। ਬਾਕੀ ਪ੍ਰਾਈਜ਼ ਕਹਿੰਦੇ ਵੀ ਤੁਹਾਨੂੰ ਦੱਸਤਾ ਹੈ 100-150 ਜਿਵੇਂ ਇਹੋ ਜਿਹੇ ਬੂਟੇ ਨੇ ਜੀ, ਤੇ ਬਾਕੀ ਕਹਿੰਦੇ ਜਦੋਂ ਆਓਗੇ ਉਦੋਂ ਕਰ ਲਾਂਗੇ ਜੀ। ਹਾਂਜੀ ਹਾਂਜੀ, ਕੋਈ ਚੀਜ਼ ਮਹਿੰਗੀ ਹੁੰਦੀ ਹੈ, ਕੋਈ ਸਸਤੀ ਹੁੰਦੀ ਹੈ, ਪੇਡੇ ਹਿਸਾਬ ਨਾਲ ਅਸੀਂ ਲੈਣੇ ਆ। ਅੱਛਾ, ਐਵੇਂ ਅਸੀਂ ਵੱਧ ਪੈਸੇ ਨਹੀਂ। ਹਾਂ ਵੀ ਜਿਵੇਂ ਕਸਟਮਰ ਨੂੰ ਪਸੰਦ, ਕਿਉਂਕਿ ਪਤਾ ਕੀ ਹੈ ਜੀ, ਮੈਨੂੰ ਮੈਂ ਲਾਸਟ ਟਾਈਮ ਇੱਕ ਦੋ ਨਰਸਰੀ ਦੇ ਪਾਏ ਸੀਗੇ ਜੀ ਵਲੌਗ, ਤੇ ਕਹਿੰਦੇ ਸੀ ਕਿ ਇਸ ਤਰ੍ਹਾਂ ਕਰਕੇ ਤੁਸੀਂ ਪ੍ਰਾਈਜ਼ ਨਹੀਂ ਮੈਂਸ਼ਨ ਕਰਦੇ, ਪ੍ਰਾਈਜ਼ ਨਹੀਂ ਦੱਸਦੇ, ਕਿਉਂਕਿ ਪ੍ਰਾਈਜ਼ ਪਲਾਂਟ ਟੂ ਪਲਾਂਟ ਵੈਰੀ ਕਰਦਾ ਵੀ ਕਿ ਛੋਟਾ ਪਲਾਂਟ ਆਪਾਂ ਨੂੰ ਪਸੰਦ ਆਇਆ ਜਾਂ ਵੱਡਾ ਜਾਂ ਕਿਸ ਤਰ੍ਹਾਂ ਦਾ। ਇੰਨੇ ਜ਼ਿਆਦਾ ਰੇਟ ਬਾਕੀ ਹਰੇਕ ਨਰਸਰੀ ਵਾਲਾ ਜਦੋਂ ਆਪਾਂ ਜਾਈਏ ਕੋਈ 10-20-30 ਰੁਪਏ, 50 ਰੁਪਏ ਉੱਪਰ ਥੱਲੇ ਹੋ ਜਾਂਦੇ ਵੱਡੇ ਛੋਟੇ ਪਲਾਂਟ ਪਿੱਛੇ। ਸੋ ਇਹ ਇਸ ਤਰ੍ਹਾਂ ਸਿਸਟਮ ਹੈ ਜੀ। ਆਹ ਦੇਖੋ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਸਾਰੀ ਝਲਕ ਜੀ। ਆਹ ਇਸ ਤਰ੍ਹਾਂ ਦੇ ਇਹਨਾਂ ਕੋਲ ਪਲਾਂਟਸ ਹੈਗੇ ਨੇ ਜੀ, ਸਾਰੇ ਪਲਾਂਟਸ ਨੇ ਇਹਨਾਂ ਕੋਲ ਮੇਰੇ ਹਿਸਾਬ ਨਾਲ ਤਾਂ ਸਾਰੇ ਆ ਗਏ ਇਹਦੇ ਵਿੱਚ। ਤੇ ਇੱਕ ਇਹਨਾਂ ਕੋਲ ਨਾ ਬੜੀ ਇੱਕ ਅੱਡ ਵਰਾਇਟੀ ਹੈ, ਉਹਨਾਂ ਅਲੱਗ ਅਲੱਗ ਤਰ੍ਹਾਂ ਦੇ ਜਿਵੇਂ ਇੱਕ ਪੀਲਾ ਗੁਲਾਬ, ਲਾਲ ਗੁਲਾਬ, ਵਾਈਟ ਗੁਲਾਬ, ਸੰਤਰੀ ਜਿਹੇ ਰੰਗ ਦਾ, ਉਹ ਵੀ ਤੁਹਾਨੂੰ ਵਿਖਾਉਂਦਾ ਜੀ ਮੈਂ। ਹਾਂ ਦੇਖੋ ਜੀ, ਗੁਲਾਬ ਦੀ ਵਰਾਇਟੀ ਵਾਈਟ ਆ ਗਿਆ ਜੀ, ਆ ਮਤਲਬ ਲਵੈਂਡਰ ਕਲਰ ਦਾ ਆ ਗਿਆ, ਲਵੈਂਡਰ ਨਾ ਜੀ। ਹਾਂਜੀ। ਤੇ ਆ ਆ ਗਿਆ ਰੈੱਡ ਕਲਰ ਦਾ ਜੀ, ਫਿਰ ਵਾਈਟ ਆ ਗਿਆ, ਆ ਰੈੱਡ ਤੇ ਮਤਲਬ ਲਾਈਟ ਪਿੰਕ ਜਾਂ ਵਿੱਚ ਮਿਕਸ ਦੀ ਸ਼ੇਡ ਹੈ ਜੀ, ਇੱਧਰ ਯੈਲੋ ਆ ਗਿਆ ਜੀ, ਪੀਲੇ ਰੰਗ ਦਾ ਆ ਗਿਆ। ਆ ਸਾਰੇ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਨੇ, ਬਹੁਤ ਪਿਆਰੀ ਵਰਾਇਟੀ ਹੈ ਜੀ ਇਹਨਾਂ ਕੋਲ। ਤੇ ਆ ਆ ਕਿਹੜਾ ਵੀਰੇ? ਇਹ ਕਨੇਰ ਹੈ ਜੀ, ਹਾਈਬ੍ਰਿਡ ਕਨੇਰ। ਅੱਛਾ ਜੀ, ਹਾਈਬ੍ਰਿਡ ਜਿਹੜੇ ਆਪਣੇ ਸੜਕਾਂ ਦੇ ਲੱਗੇ ਹੁੰਦੇ। ਹਾਂਜੀ ਹਾਂਜੀ, ਉਹ ਵਾਲੇ। ਇਹ ਹਾਈਬ੍ਰਿਡ ਚ ਆ ਗਿਆ, ਇਹਦੀ ਹਾਈਟ ਵੱਡੀ ਨਹੀਂ ਹੋਊਗੀ, ਛੋਟੀ ਰਹੂਗੀ। ਠੀਕ ਹੈ। ਫਲਾਵਰ ਬਹੁਤ ਜ਼ਿਆਦਾ ਦਊਗਾ। ਅੱਛਾ ਜੀ। ਸਦਾਬਹਾਰ? ਸਦਾਬਹਾਰ ਜੀ। ਠੀਕ ਹੈ ਜੀ। ਤੇ ਆਹ ਦੇਖੋ ਜੀ ਇਹਨਾਂ ਕੋਲ ਵਰਾਇਟੀਆਂ, ਅੱਗੇ ਕੜੀ ਪੱਤਾ ਆ ਗਿਆ ਜੀ, ਤੇ ਇਸ ਤਰ੍ਹਾਂ ਕਰਕੇ ਪਾਮ ਵਗੈਰਾ ਵੀ ਇਹਨਾਂ ਕੋਲ ਸਾਰੇ ਨੇ ਜੀ। ਕਈਆਂ ਨੇ ਤਰਬੂਜ ਵੀ ਲਾਏ ਨੇ ਵੇਚਣ ਵਾਸਤੇ। ਤੇ ਆਹ ਦੇਖੋ, ਚੈੱਕ ਕਰੋ ਜੀ ਤਰਬੂਜ ਦੀ ਵਰਾਇਟੀ ਵੀਰੇ। ਇਹਦੀ ਵੀ ਪਨੀਰ ਪਨੀਰ ਤੁਸੀਂ ਵੇਚਦੇ ਹੋ ਕਿ ਨਹੀਂ? ਇਹਦਾ ਕੀ ਸਿਸਟਮ ਹੁੰਦਾ? ਇਹਦਾ ਬੀਜ ਲੱਗਦਾ ਹੁੰਦਾ ਵੀਰ ਜੀ। ਅੱਛਾ, ਬੀਜ ਲੱਗਦਾ। ਹਾਂ, ਬੇਲ ਵੀ ਆਪਾਂ ਲਾ ਸਕਦੇ ਹਾਂ, ਟ੍ਰੇਆਂ ਵਾਲੀ ਬੇਲ ਵੀ ਅਸੀਂ ਤਿਆਰ ਕਰਕੇ ਦੇ ਦਾਂਦੇ ਆ, ਪਰ ਜ਼ਿਆਦਾ ਬੈਟਰ ਬੀਜ ਰਹਿੰਦਾ ਹੁੰਦਾ। ਇਹ ਕਿਹੜੇ ਮਹੀਨੇ ਲਾਇਆ ਤੁਸੀਂ? ਇਹ ਅਸੀਂ ਲਾਇਆ ਸੀ ਵੀਰ ਜੀ ਆਪਣਾ ਫਰਵਰੀ ਦੇ ਵਿੱਚ। ਫਰਵਰੀ 'ਚ? ਹਾਂਜੀ। ਠੀਕ ਹੈ ਜੀ। ਅੱਛਾ, ਫਰਵਰੀ 'ਚ ਲਾਇਆ ਸੀਗਾ ਜੀ? ਹਾਂਜੀ, ਫਰਵਰੀ ਫਰਵਰੀ 'ਚ ਲਾਇਆ ਸੀ, ਤੇ ਹੁਣ ਚੱਲ ਰਿਹਾ ਮਤਲਬ ਮਈ, 2 ਮਹੀਨੇ 'ਚ 2.5 ਤਿਆਰ ਹੋ ਜਾਂਦਾ ਜੀ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਇਹ ਹੈਗਾ ਤਰਬੂਜ ਜੀ, ਤੇ ਹੋਰ ਵੀਰੇ ਕੋਈ ਵਰਾਇਟੀ ਲਾਈ ਤਰਬੂਜ ਦੀ ਇਸ ਤੋਂ ਇਲਾਵਾ? ਹੋਰ ਜੀ ਆਪਣਾ ਇਹ ਕਾਲੀ ਸੈਂਚਰੀ ਆ ਗਈ। ਅੱਛਾ, ਕਾਲੀ ਸੈਂਚਰੀ। ਇਹ ਤੋਂ ਬਾਅਦ ਫਿਰ ਸਾਡੇ ਕੋਲ ਪੀਲਾ ਤਰਬੂਜ ਵੀ ਲਾਇਆ, ਜਿਹੜਾ ਅੰਦਰੋਂ ਪੀਲਾ ਹੋਊਗਾ ਬਾਹਰੋਂ ਕਾਲਾ ਹੋਊਗਾ ਹਰਾ। ਉਹ ਵੀ ਦਿਖਾਓ ਜੀ, ਉਹ ਵੀ ਆਪਾਂ ਦੇਖਦੇ ਹਾਂ ਜੀ ਵਰਾਇਟੀ। ਦੇਖੋ ਜੀ, ਬਾਈ ਨੇ ਘੈਂਟ ਘੈਂਟ ਸਾਰੀਆਂ ਵਰਾਇਟੀਆਂ ਲਾਈਆਂ ਨੇ, ਤੇ ਇਹ ਥੋੜਾ ਜਿਹਾ ਉਹਨਾਂ ਦੇ ਦੂਜੇ ਖੇਤ ਨਾਲੋਂ ਹਟ ਗਿਆ ਜੀ, 8-10 ਕਿੱਲੇ, ਤੇ ਜਗ੍ਹਾ ਘੈਂਟ ਹੈ ਜੀ। ਆਹ ਦੇਖੋ ਸਾਰਾ ਖੇਤ ਇਹਨਾਂ ਦਾ, ਆ ਤਰਬੂਜ ਲਗਾਏ ਹੋਏ ਨੇ, 2 ਵਰਾਇਟੀਆਂ ਨੇ ਜੀ ਤਰਬੂਜ ਦੀਆਂ। ਉਹ ਦੂਸਰੀ ਵਰਾਇਟੀ ਵੀਰੇ ਕਹਿ ਰਹੇ ਤੁਸੀਂ? ਹਾਂਜੀ, ਇੱਕ ਤਾਂ ਹੈਗੀ ਆ ਜਿਹੜੀ ਅੰਦਰੋਂ ਪੀਲੀ, ਅੰਦਰੋਂ ਪੀਲਾ ਹੋਊਗਾ। ਅੱਛਾ ਜੀ। ਤੇ ਬਾਹਰੋਂ ਆਪਣਾ ਕਾਲਾ ਕਾਲਾ ਹੋਊਗਾ, ਹਰਾ ਹਰਾ ਜਿਹਾ। ਹਾਂਜੀ, ਠੀਕ ਹੈ ਜੀ। ਉਹ ਆਹ ਵਰਾਇਟੀ ਹੈ ਜੀ, ਆਹ ਦੇਖੋ ਜੀ, ਇਹ ਵਿੱਚੋਂ ਪੀਲਾ ਨਿਕਲਦਾ ਬਾਈ ਕਹਿੰਦਾ। ਹਾਂਜੀ, ਇਹ ਥੋੜਾ ਜਿਹਾ ਹੈ ਵੀ ਦਰਰ ਫਰੜਾ ਜਿਹਾ ਉੱਪਰ, ਹਨਾ, ਇਹਦੇ ਸਕਿਨ ਜਿਹੜੀ ਹੈ ਕਾਲਾ ਤੇ ਹਰਾ। ਹਾਂ ਜੀ, ਐਡਾ ਸਹਿਜ ਹੋ ਜਾਣਾ ਇਹਦਾ ਜੀ। ਅੱਛਾ ਜੀ, ਫੁੱਟ ਦਾ ਬੜਾ, ਤਕਰੀਬਨ 5-6 ਕਿਲੋ ਦਾ ਸਹਿਜ ਹੋ ਜਾਣਾ ਇਹਦਾ ਜੀ। ਅੱਛਾ ਅੱਛਾ। ਇਹ ਕਿਹੜੇ ਮਹੀਨੇ ਲਾਇਆ ਸੀਗਾ? ਇਹ ਵੀ ਨਾਲ ਹੀ ਸੇਮ ਲੱਗਿਆ ਜੀ, ਫਰਵਰੀ ਦੇ ਮਹੀਨੇ ਲਾਣਾ ਸ਼ੁਰੂ ਕਰ ਸਕਦੇ ਆ। ਅੱਛਾ ਅੱਛਾ ਜੀ। ਹਾਂਜੀ, ਤੇ ਇਹ ਕਿੰਨੇ ਚਿਰ ਤੱਕ ਫਲ ਚੱਲੂ ਹੁਣ ਬਰਸਾਤਾਂ ਤੋਂ? ਬਸ ਉਦੋਂ ਪਏ, ਬਰਸਾਤਾਂ ਤੋਂ ਪਹਿਲਾਂ ਚੱਕਿਆ ਜਾਣਾ ਜੀ ਇਹ ਸਾਰਾ ਪੀਸ, ਤਕਰੀਬਨ ਅੱਜ ਤੋਂ ਹੁਣ ਇਹ ਸਹਿਜ ਬਣ ਗਿਆ ਆ। ਅੱਛਾ ਜੀ। 25 ਦਿਨਾਂ ਨੂੰ ਮਹੀਨੇ ਦੇ ਅੰਦਰ ਅੰਦਰ ਇਹਨੇ ਸਹਿਜ ਚੱਕ ਸਕਦੇ ਆਪਾਂ, ਵਿਹਲੀ ਕਰ ਸਕਦੇ ਹਾਂ ਖੇਤ। ਅੱਛਾ ਅੱਛਾ ਜੀ। ਹਾਂਜੀ ਠੀਕ, ਯਾਨੀ ਕਿ ਜੂਨ ਦੇ ਵਿੱਚ। ਠੀਕ ਹੈ ਜੀ। ਹਾਂਜੀ, ਇਹ ਹੁਣ ਤੁਹਾਨੂੰ ਵਰਾਇਟੀ ਦਿਖਾਉਣਾ, ਇੱਕ ਜੰਨਤ। ਜੰਨਤ? ਅੱਛਾ ਜੀ। ਹਾਂਜੀ, ਉਹ ਵੀ ਦਿਖਾ ਦਿਓ ਜੀ। ਹਾਂਜੀ, ਚਲੋ ਜੀ। ਓਕੇ, ਲਓ ਜੀ, ਇਹ ਹੈਗੀ ਹੈ ਜੀ ਜੰਨਤ ਵਰਾਇਟੀ। ਇਹ ਆ ਗਈ ਆਪਣੀ ਜੰਨਤ ਵਰਾਇਟੀ ਵੀਰ ਜੀ। ਅੱਛਾ ਜੀ, ਜਿਹੜੀ ਆਪਣੀ ਅੱਜ ਦੇ ਮਾਰਕੀਟ ਦੇ ਵਿੱਚ ਹਰ ਬੰਦਾ ਨਾਮ ਤੇ ਮੰਗਦਾ ਵੀ ਜੰਨਤ ਦੋ ਸਾਨੂੰ ਤਰਬੂਜ ਖਾਣਾ। ਇਹ ਬਹੁਤ ਮਿੱਠਾ ਹੁੰਦਾ ਜੀ? ਬਹੁਤ ਮਿੱਠਾ, ਖੰਡ ਮਿਸਰੀ ਵਰਗਾ, ਵਿੱਚੋਂ ਲਾਲ ਹੋਊਗਾ, ਬਾਹਰੋਂ ਹਰਾ ਹੋਊਗਾ। ਠੀਕ ਹੈ ਜੀ। ਬਿਲਕੁਲ ਤਿਆਰ ਹੈ, ਬਿਲਕੁਲ
ਨਹੀਂ ਇਹ ਵੀ ਜੀ ਤਕਰੀਬਨ ਅਜੇ 20 ਦਿਨ ਲੈ ਜੂਗਾ ਜੀ। ਅੱਛਾ 20 ਦਿਨ ਲੈ ਜੀ, ਸਾਈਜ਼ ਤਕਰੀਬਨ ਆਹੀ ਬਣ ਜਾਣਾ ਆਪਣਾ। ਅੱਛਾ ਜੀ 3.5 ਕਿਲੋ 4 ਕਿਲੋ 5 ਕਿਲੋ ਦਾ ਸਾਈਜ਼ ਬਣ ਜਾਣਾ ਹੈ। ਅੱਛਾ ਜੀ, ਹਾਂਜੀ 2.5 ਕਿਲੋ। ਠੀਕ ਹੈ ਜੀ, ਹਾਂਜੀ ਠੀਕ ਹੈ ਜੀ। ਤੇ ਦੇਖੋ ਜੀ ਅਲੱਗ ਅਲੱਗ ਵੈਰਾਈਟੀਆਂ ਇਹਨਾਂ ਕੋਲ, ਬੜਾ ਮਨ ਖੁਸ਼ ਹੁੰਦਾ ਜੀ। ਤੇ ਤਕਰੀਬਨ ਇਹਨਾਂ ਦਾ ਸਾਰਾ ਜੋ ਵੀ ਫਾਰਮ ਇਹਨਾਂ ਦਾ ਸਾਰਾ ਰੋਡ ਦੇ ਉੱਪਰ ਹੀ ਜੀ। ਆ ਦੇਖੋ ਸਾਹਮਣੇ ਸੜਕ ਲੰਘ ਰਹੀ ਹੈ ਤੇ ਇੱਧਰ ਹੀ ਹੈ। ਤੇ ਠੀਕ ਹੈ ਬਾਈ ਜੀ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਆਪਣੀਆਂ ਚੀਜ਼ਾਂ ਬਾਰੇ ਜੀ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਨਾ ਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਵਾਰੀ ਐਡਰੈਸ ਬੋਲ ਦਿਓ ਜ਼ਿਆਦਾ ਦੁਬਾਰੇ ਤੁਸੀਂ, ਬਾਬਾ ਬੀਜ ਸਟੋਰ ਦਾ ਸਾਰਾ। ਹਾਂਜੀ ਮੇਰਾ ਜੀ ਸ਼ੋਪ ਆ ਮੇਰੀ ਬਾਬਾ ਬੀਜ ਸਟੋਰ, ਲਵ ਕੁਸ਼ ਮਾਰਕੀਟ, ਨੀਅਰ 올ਡ ਬੱਸ ਸਟੈਂਡ ਪਟਿਆਲਾ। ਪੁਰਾਣੇ ਬੱਸ ਸਟੈਂਡ ਕੋਲੇ? ਪੁਰਾਣੇ ਬੱਸ ਸਟੈਂਡ ਕੋਲੇ ਜੀ। ਠੀਕ ਹੈ ਜੀ, ਬੀਜਾਂ ਦੀ ਸ਼ੋਪ ਹੈ, ਦਵਾਈਆਂ ਤੁਹਾਨੂੰ ਮਿਲ ਜਾਣਗੀਆਂ, ਸੀਡ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ, ਤੁਹਾਨੂੰ ਪਨੀਰੀਆਂ ਮਿਲ ਜਾਣੀਆਂ ਹਰ ਇੱਕ ਤਰ੍ਹਾਂ ਦੀਆਂ। ਠੀਕ ਹੈ ਜੀ, ਜਿਹੜਾ ਮੇਰਾ ਫਾਰਮ ਆ ਜਿੱਥੇ ਮੈਂ ਨਰਸਰੀ ਤਿਆਰ ਕਰਦਾ, ਪਨੀਰੀਆਂ ਤਿਆਰ ਕਰਦਾ, ਆਪਣੇ ਵੈਰਾਈਟੀ ਚੈੱਕ ਕਰਦਾ ਲਾਉਣਾ ਆ, ਉਹ ਸਾਡਾ ਹੈਗਾ ਪਟਿਆਲੇ ਤੋਂ ਆਉਂਦੇ ਹੋਏ ਦੇਵੀਗੜ੍ਹ ਚੀਕਾ ਰੋਡ, ਜੋੜੀਆਂ ਸੜਕਾਂ ਪਟਿਆਲਾ। ਠੀਕ ਹੈ ਜੀ, ਤੇ ਲਓ ਜੀ ਆਪਾਂ ਵੀ ਜਦੋਂ ਇਹਨਾਂ ਦੀ ਦੁਕਾਨ ਤੋਂ 2-3 ਸਮਾਨ ਖਰੀਦੇ ਸੀਗੇ ਜੀ, ਜਿਵੇਂ ਹੁਣ ਆਪਾਂ ਨਿੰਮ ਖਲੀ ਪਾਉਣੀ ਹੈ ਜੀ, ਤੇ ਸਰਸੋਂ ਖਲੀ ਪਾਉਣੀ ਹੈ, ਸਰਸੋਂ ਦੀ ਜਿਹੜੀ ਖਾਦ ਬਣਾਈ ਹੁੰਦੀ, ਸਰੋਂ ਦੀ ਜਿਹੜੀ ਖਾਲੋ ਦੀ ਖਾਦ ਬਣਾਈ ਹੁੰਦੀ, ਉਹ ਕੋਕੋਪਿਟ ਹੈ ਨਾ ਜੀ, ਤੇ ਬੀਜ ਕਈ ਤਰ੍ਹਾਂ ਦੇ ਹੁੰਦੇ ਨੇ, ਤਰਾਂ ਦੇ ਤੋਰੀਆਂ ਦੇ ਸਾਰੇ ਇਹਨਾਂ ਦੀ ਉਹ ਸ਼ੋਪ ਤੋਂ ਮਿਲਦੇ, ਜਿਹੜੀ ਪਟਿਆਲੇ ਬੱਸ ਸਟੈਂਡ ਦੇ ਪੁਰਾਣੇ ਬੱਸ ਸਟੈਂਡ ਦੀ ਬੈਕ ਸਾਈਡ ਤੇ ਆ ਜੀ। ਲਓ ਜੀ ਪਨੀਰੀ ਤਿਆਰ ਹੈ, ਆ ਲਓ ਜੀ ਬੈਂਗਣ, ਇਹ ਹੈਗੀ ਜੀ ਬੈਂਗਣਾਂ ਦੀ ਪਨੀਰੀ, ਸ਼ਿਮਲਾ ਮਿਰਚ ਦੀ ਪਨੀਰੀ ਤੁਸੀਂ ਖਰੀਦ ਸਕਦੇ ਇੱਥੋਂ ਜੀ। ਬੈਂਗਣ, ਟਮਾਟਰ, ਫਿਰ ਹਰੀ ਮਿਰਚ ਦੀ ਆ ਗਈ, ਤੇ ਇੱਧਰ ਆ ਫਿਰ ਫੁੱਲਾਂ ਦੇ ਸੈਂਪਲ ਦੇ ਤੌਰ ਤੇ ਇੱਥੇ ਲਾਏ ਹੋਏ ਨੇ ਜੀ ਇਹਨਾਂ ਨੇ। ਆ ਦੇਖੋ ਜੀ ਰੋਡ ਦੇ ਉੱਪਰ ਇਹਨਾਂ ਨੇ ਹੱਟ ਬਣਾਈ ਹੋਈ ਹੈ, ਤੇ ਇੱਥੇ ਹਰ ਤਰ੍ਹਾਂ ਦੇ ਬੀਜ, ਦਵਾਈਆਂ ਵੀ ਹੈਗੀਆਂ ਵੀਰੇ ਆਪਣੇ ਕੋਲ? ਅੱਛਾ ਦਵਾਈ ਨੀ, ਬੀਜ ਨੇ ਇਹਨਾਂ ਕੋਲ ਹਰ ਤਰ੍ਹਾਂ ਦੇ, ਤੇ ਬੀਜ ਇਹਨਾਂ ਨੇ ਰੱਖੇ ਹੋਏ ਨੇ, ਦਵਾਈ ਤਾਂ ਨੀ ਕਹਿੰਦੇ ਕੋਈ, ਜਿਵੇਂ ਕੋਕੋਪਿਟ ਵਗੈਰਾ, ਗਰੋ ਬੈਗ ਵਗੈਰਾ ਇਹਨਾਂ ਕੋਲ ਮਿਲ ਜਾਂਦੇ ਹਨ, ਤੇ ਦਵਾਈ ਨੀ, ਔਰਗੈਨਿਕ ਖਾਦਾਂ ਮਿਲ ਜਾਂਦੀਆਂ, ਔਰਗੈਨਿਕ ਸਾਰੀ ਚੀਜ਼ਾਂ ਮਿਲ ਜਾਂਦੀਆਂ ਨੇ ਜੀ। ਤੇ ਇਸ ਤਰ੍ਹਾਂ ਕਰਕੇ ਲਿਖਿਆ ਵੀ ਹੋਇਆ ਜੀ ਬਾਬਾ ਪਨੀਰੀ ਫਾਰਮ, ਆਹ ਦੇਖੋ ਇਹ ਕੋਟਲੇ ਵਾਲੇ, ਤੇ ਆਹ ਦੇਖੋ ਜੀ ਰੋਡ ਦੇ ਉੱਪਰ ਹੀ ਹੈ ਜੀ, ਸਾਹਮਣੇ ਸੜਕ ਹੈ ਜੀ, ਇਹ ਰੋਡ ਜਾਂਦਾ ਜੀ ਚੀਕੇ ਵੱਲ ਨੂੰ। ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ, ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ। ਤੇ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜ਼ਰੂਰ ਸਬਸਕ੍ਰਾਈਬ ਕਰੋ, ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਗ੍ਰੀਨਰੀ ਨਾਲ, ਖੇਤੀਬਾੜੀ ਨਾਲ ਰਿਲੇਟਡ, ਪਲਾਂਟਸ ਨਾਲ, ਫਲਾਵਰਸ ਨਾਲ ਰਿਲੇਟਡ ਆਪਾਂ ਵਲੌਗ ਜ਼ਿਆਦਾ ਬਣਾਉਂਦੇ ਹਾਂ ਜੀ, ਹੋਰ ਤਰ੍ਹਾਂ ਦੇ ਵੀ ਬਣਾਉਂਦੇ ਹਾਂ, ਤੇ ਇਸ ਤਰ੍ਹਾਂ ਦੇ ਵਲੌਗ ਵੇਖਣ ਲਈ ਆਪਣੇ ਚੈਨਲ ਜੁੜੇ ਰਹੋ ਜੀ। ਧੰਨਵਾਦ।